ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਆ ਆਜ਼ਾਦ ਟੀਵੀ ਤੁਹਾਡੇ ਕੋਲ ਲੈ ਕੇ ਕੌਮ ਦੀ ਸੋਚ ਤੇ ਜਿਸ ਨੂੰ ਅੱਜ ਸਪਾਂਸਰ ਕੀਤਾ ਹੋਇਆ ਮਨੋਜ ਪਰਵੱਗਾ ਜੀ ਇਟਲੀ ਤਰਵੀਜੋ ਤੋਂ ਤੇ ਅੱਜ ਉਹਨਾਂ ਦਾ ਦੂਜਾ ਪ੍ਰੋਗਰਾਮ ਹੈ ਜਿਹੜਾ ਤੇ ਅੱਜ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਮੈਂ ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਭੜਕਾਉਣਾ ਨਹੀਂ ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸਾਡਾ ਮਕਸਦ ਹੈ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਤੇ ਜਿਸ ਤਰ੍ਹਾਂ ਕਿ ਅੱਜ ਅਸੀਂ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ ਸੋਗ ਸਮਾਚਾਰ ਵੀ ਸਾਡੇ ਕੋਲ ਹਨ ਸੋਗ ਦੇ ਵਿੱਚ ਵੀ ਸਾਡੇ ਕੋਲ ਇਹ ਜੋ ਇੱਕ ਦੋ ਸਾਡੇ ਕੋਲ ਹੈਗੀਆਂ ਸੂਚਨਾ ਸੀ ਉਹ ਜ਼ਰੂਰੀ ਕਿਉਂਕਿ ਜੋ ਖੁਸ਼ੀ ਔਰ ਗਮੀ ਸਾਡੇ ਕਮਿਊਨਿਟੀ ਦੇ ਵਿੱਚ ਹੁੰਦੀ ਆ ਸਾਡਾ ਹਿੱਸਾ ਹੁੰਦੇ ਆ ਔਰ ਜ਼ਿੰਦਗੀ ਦਾ ਲਾਈਫ ਦਾ ਪਾਰਟ ਹੁੰਦੇ ਹਨ ਖੁਸ਼ੀ ਵੀ ਔਰ ਗਮੀ ਵੀ ਸਾਡਾ ਫਰਜ਼ ਬਣਦਾ ਅਸੀਂ ਉਸ ਨੂੰ ਵੀ ਤੁਹਾਡੇ ਤੱਕ ਸ਼ੇਅਰ ਕਰੀਏ ਸਾਡੇ ਵੀਰ ਦੇਵ ਰਾਜ ਚੌਂਕ ਜੀ ਜੋ 30 ਤਰੀਕ ਨੂੰ ਸੰਸਾਰਕ ਯਾਤਰਾ ਪੂਰੀ ਕਰਕੇ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ 'ਚ ਜਾ ਵਰਾਜੇ ਹਨ ਅਤੇ ਉਹਨਾਂ ਦਾ ਜਿਹੜਾ ਫਿਊਨਰ ਆ ਇਹ 14 ਤਰੀਕ ਨੂੰ 9:15 ਵਜੇ ਜਿਹੜੀ ਬੋਡੀ ਆ 105 ਟਰੰਟੀ ਰੋਡ ਸਾਊਥ ਹਾਲ ਮਿਡਲ 6 UB1 1ER ਉੱਥੇ ਉਹਨਾਂ ਦੀ ਜਿਹੜੀ ਆ ਮ੍ਰਿਤਕ ਦੇਹ ਆ ਜਿਹੜੀ ਉੱਥੇ ਆ ਰਹੀ ਆ ਅਤੇ ਉਸ ਤੋਂ ਬਾਅਦ 10:45 'ਤੇ ਸ਼੍ਰੀ ਗੁਰਦਾਸ ਸਭਾ ਸਾਊਥ ਹਾਲ 282 ਵੈਸਟਰਨ ਰੋਡ ਮਿਡਲ 6 UB2 5ZT ਅਤੇ ਉਸ ਤੋਂ ਬਾਅਦ ਜਿਹੜੀ 12:00 ਵਜੇ ਆ ਸਾਊਥ ਵੈਸਟ ਮਿਡਲ 6 ਕਰੇਮੇਟੋਰੀਅਨ ਹਾਂਸਲੋ ਫੈਲਥਮ ਮਿਡਲ 6 TW13 5JH ਅਤੇ ਇਹ ਉਸ ਤੋਂ ਬਾਅਦ ਗੁਰੂ ਘਰ ਜਿਹੜਾ ਆ ਸ਼੍ਰੀ ਗੁਰਦਾਸ ਸਭਾ ਸਾਊਥ ਹਾਲ ਉੱਥੇ ਬਾਅਦ 'ਚ ਆ ਕੇ ਜਿਹੜਾ ਲੰਗਰ ਦੀ ਆ ਉੱਥੇ ਜਿਹੜੀ ਆ ਅਵਸਥਾ ਕੀਤੀ ਗਈ ਆ ਅਤੇ ਸਾਰੇ ਭੈਣਾਂ ਭਰਾਵਾਂ ਨੂੰ ਇਹ ਜਿਹੜੀ ਸੂਚਨਾ ਤੁਹਾਨੂੰ ਪਤਾ ਹੈ ਦੁਖਦਾਇਕ ਸੂਚਨਾ ਹੈ ਲੇਕਿਨ ਸਾਡਾ ਫਰਜ਼ ਬਣਦਾ ਉਸ ਦੇ ਵਿੱਚ ਸਹਾਈ ਹੋਣਾ ਅਤੇ ਨਾਲ ਦੀ ਨਾਲ ਸਾਡੇ ਵੀਰ ਡਾਕਟਰ ਚਮਨ ਲਾਲ ਜੀ ਜਿਨ੍ਹਾਂ ਨੂੰ ਮਹਿਮਨ ਦੇ ਨਾਂ 'ਤੇ ਜ਼ਿਆਦਾ ਮਸ਼ਹੂਰ ਸਨ ਬੁਲਹੈਂਟਨ ਤੋਂ ਅਤੇ ਉਹਨਾਂ ਦਾ ਜਿਹੜਾ ਫਿਊਨਰ ਆ ਉਹ ਕੱਲ੍ਹ ਨੂੰ ਸਵੇਰੇ 11:00 ਵਜੇ ਅਤੇ 3:15 ਵਜੇ ਉਹਨਾਂ ਦੀ ਜਿਹੜੀ ਬੋਡੀ ਆ 11 ਤਰੀਕ ਨੂੰ ਕੱਲ੍ਹ ਨੂੰ 3:15 ਵਜੇ ਜਿਹੜੀ ਬੋਡੀ ਆ ਬੁਸ਼ਵਰੀ ਕੈਮੇਟੋਰੀਆ ਅੰਡਰ ਹਿਲ ਲੇਨ ਬੁਲਹੈਂਟਨ WT10 8NS ਉਸ ਤੋਂ ਬਾਅਦ ਜਿਹੜੀ ਆ ਉਹਨਾਂ ਦੀ ਬੋਡੀ ਆ ਉਹ ਬੁੱਧ ਵਿਹਾਰਾ ਜਿਹੜੀ ਆ 129 ਅਪਰ ਜੋਨ ਸਟਰੀਟ ਬੁਲਹੈਂਟਨ ਉੱਥੇ ਉਹ ਬੋਡੀ ਜਿਹੜੀ ਆ ਉਹਨਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਂਡ ਦੇ ਉੱਤੇ ਆ ਜਿਹੜਾ ਜਿਸ ਤਰ੍ਹਾਂ ਵੀ ਰੀਤੀ ਰਿਵਾਜ਼ ਦੇ ਨਾਲ ਬੁੱਧ ਧਰਮ ਦੇ ਨਾਲ ਜਾਂ ਬਾਬਾ ਸਾਹਿਬ ਦੀ ਰੀਤੀ ਨਾਲ ਜਿਸ ਤਰ੍ਹਾਂ ਵੀ ਉਹਨਾਂ ਦਾ ਆਪਣੇ ਵਿਚਾਰ ਆ ਉਸ ਰੀਤੀ ਨੂੰ ਉਹਨਾਂ ਦੇ ਮੁਤਾਬਕ ਉੱਥੇ ਜਿਹੜਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਚਮਨ ਮਹਿਮਨ ਜੀ ਉਹ ਸਨ ਇਨਸਾਨ ਜਦੋਂ ਮੈਂ ਭਾਰਤ ਦੇਸ਼ ਦੀ ਧਰਤੀ ਤੋਂ ਆਇਆ ਸੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਅਤੇ 92 ਦੇ ਵਿੱਚ ਦੀ ਮੈਂ ਗੱਲ ਕਰਾਂਗਾ ਪਿੱਛੇ ਜ਼ਿਆਦਾ ਨਾ ਜਾਂਦਾ ਹੋਇਆ 92 ਦੇ ਵਿੱਚ ਬੀਬੀ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸਨ ਪੰਜਾਬ ਇੰਡੀਆ ਦੇ ਅਤੇ ਨਾਲ ਰਾਮ ਪਲਾਸ ਪਾਸਵਾਨ ਜੀ ਬੁਲਫਰਨ ਹਾਲ ਬੁਲਹੈਂਟਨ ਦੇ ਵਿੱਚ ਵੀ ਉਹਨਾਂ ਦਾ ਪ੍ਰੋਗਰਾਮ ਹੋਇਆ ਸੀ ਚਮਨ ਲਾਲ ਨੇ ਉਸ ਵੇਲੇ ਮਹਿਮਨ ਜੀ ਨੇ ਡਾਕਟਰ ਜੀ ਨੇ ਜੋ ਸਟੇਜ ਖੂਬ ਇੰਨੀ ਖੂਬੀ ਦੇ ਨਾਲ ਨਿਭਾਈ ਸੀਗੀ ਉਹ ਇੱਕ ਕਾਬਲੇ ਤਾਰੀਫ ਸੀ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਸ ਦੇ ਵਿੱਚ ਹਾਜ਼ਰ ਹੋਈਏ ਅਤੇ ਤਾਂ ਜੋ ਕਿ ਜਿਹੜਾ ਆ ਸੰਸਾਰਕ ਜੋ ਯਾਤਰਾਵਾਂ ਹਨ ਜਾਂ ਖੁਸ਼ੀ ਦੀਆਂ ਹਨ ਜਾਂ ਗਮੀ ਦੀਆਂ ਅਤੇ ਅਸੀਂ ਉਸਦੇ ਵਿੱਚ ਸਾਡਾ ਹਿੱਸਾ ਬਣਦਾ ਪਾਉਣਾ ਅਤੇ ਦੁੱਖ ਸੁੱਖ ਦੇ ਵੇਲੇ ਇੱਕ ਭਾਈ ਭਰਾ ਨਾਲ ਅਸੀਂ ਰਲ ਮਿਲ ਕੇ ਰਹੀਏ ਅਤੇ ਹੁਣ ਸਾਡੇ ਕੋਲ ਸਾਡੇ ਗੈਸਟ ਰਵਿੰਦਰ ਚੌਹਾਨ ਜੀ ਜੈਗਦੇਵ ਜੀ ਧੰਨ ਗੁਰਦੇਵ ਅਤੇ ਉਹਨਾਂ ਦੇ ਨਾਲ ਸਾਡੇ ਬਾਦਲ ਤਲਵਣ ਜੀ ਅਤੇ ਜੈਗਦੇਵ ਬਾਦਲ ਜੀ ਜੈ ਗੁਰਦੇਵ ਜੀ ਅਤੇ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਇੱਕ ਦੋ ਅਨਾਊਂਸਮੈਂਟਾਂ ਹੋ ਰਿਹਾ ਜੋ ਖੁਸ਼ੀ ਦੀਆਂ ਵੀ ਹਨ ਅਤੇ ਉਹ ਵੀ ਅਸੀਂ ਜ਼ਰੂਰ ਕਰਨੀ ਆ ਗਮੀ ਔਰ ਖੁਸ਼ੀ ਜਿਹੜੀ ਆ ਨਾਲ ਚੱਲਦੀਆਂ ਹਨ ਇਹ KK MLA ਇਟਲੀ ਤੋਂ ਉਹਨਾਂ ਦਾ ਅੱਜ ਬਰਥਡੇ ਆ ਅਤੇ ਅਸੀਂ ਉਹਨਾਂ ਨੂੰ ਵੀ ਆਜ਼ਾਦ TV ਵੱਲੋਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਔਰ ਸਾਡੇ ਸਰੋਤਿਆਂ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਇਟਲੀ ਬਰਗਾਮੋ ਤੋਂ ਇਸੇ ਤਰ੍ਹਾਂ ਸਾਜੀ ਅਜਾਜ ਜੀ ਜਿਹੜੇ ਬਹੁਤ ਹੀ ਕਲਾਕਾਰ ਹਨ ਸਿੰਗਰ ਹਨ ਕਈ ਉਹਨਾਂ ਦੀਆਂ ਵੀਡੀਓ ਬਣੀਆਂ ਹਨ ਬੋਲੀਵੁੱਡ ਦੇ ਵਿੱਚ ਵੀ ਉਹ ਇਹ ਕੰਮ ਕਰਨ ਨੂੰ ਅੱਗੇ ਆ ਰਹੇ ਹਨ ਧਾਰਮਿਕ ਤੌਰ 'ਤੇ ਵੀ ਸਤਿਗੁਰੂ ਦਾਸ ਮਹਾਰਾਜ ਦੇ ਵੀ ਉਹਨੇ ਗੀਤ ਗਾਏ ਆ ਭੰਗੜਾ ਔਰ ਗਿੱਧਾ ਵੀ ਉਹ ਕਰਦੇ ਹਨ ਅੱਜ ਉਹਨਾਂ ਦਾ ਵੀ ਬਰਥਡੇ ਅਸੀਂ ਉਸ ਭੈਣ ਜੀ ਨੂੰ ਵੀ ਅਸੀਂ ਵਧਾਈਆਂ ਦਿੰਦੇ ਹਾਂ ਅਤੇ ਆਜ਼ਾਦ TV ਦੇ ਵੱਲੋਂ ਸਾਰਿਆਂ ਵੱਲੋਂ ਅਤੇ ਜੋ ਸਾਡੇ ਤਲਵਣ ਜੀ ਹਨ ਅਸੀਂ ਉਹਨਾਂ ਵੱਲ ਜਾਣ ਤੋਂ ਪਹਿਲਾਂ ਅਸੀਂ ਚੌਹਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਸਤਿਗੁਰੂ ਦਾਸ ਮਹਾਰਾਜ ਜਿਹੜਾ ਪ੍ਰਕਾਸ਼ ਦਿਹਾੜਾ ਆ 19 ਫਰਵਰੀ ਨੂੰ ਇਹ ਮੰਗਲਵਾਰ ਵਾਲੇ ਦਿਨ ਆ ਰਿਹਾ ਆ ਅਤੇ ਅਸੀਂ ਸਤਿਗੁਰੂ ਦਾਸ ਮਹਾਰਾਜ ਦੀ ਅੱਜ ਮਹਿਮਾ ਗੱਲ ਕਰਨੀ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਬਾਰੇ ਗੱਲ ਕਰਨੀ ਆ ਭਾਰਤ ਦੇਸ਼ ਦੇ ਵਿੱਚ ਜਿੱਥੋਂ ਵੀ ਦੁਨੀਆ ਦੇ ਕੋਨੇ ਕੋਨੇ 'ਚੋਂ ਜਿਹੜੇ ਵੀ ਜਹਾਜ਼ਾਂ ਰਾਹੀਂ ਜਾਂ ਟ੍ਰੇਨਾਂ ਰਾਹੀਂ ਉੱਥੇ ਪਹੁੰਚ ਰਿਹਾ ਬਨਾਰਸ ਕਾਂਚੀ ਆਪਣੇ ਸਤਿਗੁਰ ਨੂੰ ਚਾਨਣਾਂ ਨੂੰ ਨਮਸਕਾਰ ਕਰਨ ਦੇ ਲਈ ਅਸੀਂ ਅੱਜ ਉਹਨਾਂ ਦੇ ਬਾਰੇ ਗੱਲ ਕਰਨੀ ਆ ਤੁਸੀਂ ਬ੍ਰੇਕ ਤੋਂ ਬਾਅਦ ਸਾਨੂੰ ਲਾਈਵ ਕਾਲ ਵੀ ਕਰ ਸਕਦੇ ਹੋ ਹਾਂਜੀ ਚੌਹਾਨ ਜੀ ਸਭ ਤੋਂ ਪਹਿਲਾਂ
ਪੰਜਾਬ ਟੀਵੀ ਨੂੰ ਦੇਖਦੇ ਭੈਣਾਂ ਭਰਾਵਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅਤੇ ਥੋੜ੍ਹੇ ਜਿਹੇ ਗੈਪ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਿਹਾ ਹਾਂ। ਜ਼ਿੰਦਗੀ ਦੇ ਵਿੱਚ ਕਈ ਕੰਮ ਧੰਦੇ ਹਨ ਅਤੇ ਅੱਜ ਸ਼੍ਰੀ ਗੁਰੂ ਅਰਦਾਸ ਮਹਾਰਾਜ ਦਾ ਤੁਹਾਨੂੰ ਪਤਾ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਮੈਂ ਕਿਹਾ ਵੀ ਇਹ ਜਿਹੜਾ ਖੁਸ਼ੀ ਦਾ ਮੌਕਾ ਹੈ ਇਹ ਜਿਹੜਾ ਭੈਣਾਂ ਭਰਾਵਾਂ ਦੇ ਨਾਲ ਅਸੀਂ ਆਪਣੀ ਜਿਹੜੀ ਖੁਸ਼ੀ ਜਾਂ ਉਹਨਾਂ ਪੈਗੰਬਰਾਂ ਦੀ ਜਨਮ ਦਿਨ 'ਤੇ ਅਸੀਂ ਤੁਹਾਡੀਆਂ ਕਾਲਾਂ ਵੀ ਲੈਣੀਆਂ ਤੁਹਾਨੂੰ ਇੱਕ ਵਧਾਈਆਂ ਵੀ ਦੇਣੀਆਂ ਉਹਦੇ ਵਿੱਚ ਮੈਂ ਬਹੁਤ ਸਮਝਿਆ ਕਿ ਵੀ ਅੱਜ ਆ ਕੇ ਆਪਣਾ ਹਿੱਸਾ ਜ਼ਰੂਰ ਪਾਉਣਾ ਹੈ। ਮੈਨੂੰ ਪਤਾ ਵੀ ਕਈ ਵਾਰੀ ਮੈਂ 2-3 ਹਫ਼ਤੇ 4 ਹਫ਼ਤੇ ਨਹੀਂ ਆਵਾਂ ਕਈ ਗੱਲਾਂ ਨਿਕਲੀਆਂ ਹੁੰਦੀਆਂ ਹੁੰਦੀਆਂ ਉਹ ਕਈ ਹੁੰਦੇ ਵੀ ਛੋਟੀ ਸੋਚ ਅਤੇ ਪੈਰ 'ਚ ਮੋਚ ਉਹ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ। ਇਹ ਹਮੇਸ਼ਾ ਪੋਜ਼ੀਟਿਵ ਹਮੇਸ਼ਾ ਚੰਗੇ ਖਿਆਲ ਕਰੋ ਦੂਜੇ ਤਰ੍ਹਾਂ ਦੀ ਇੱਕ ਚੰਗੀ ਕਾਮਨਾ ਕਰੋ ਫਿਰ ਵਧੀਆ ਗਾ ਰਹਿੰਦੇ ਹੈ। ਅੱਜ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਅਸੀਂ ਸ਼੍ਰੀ ਅਰਦਾਸ ਮਹਾਰਾਜ ਦੇ ਜੋ ਸਾਡੇ ਪੈਗੰਬਰ ਹੋਣ ਜੋ ਸਾਡੇ ਮਹਾਂਪੁਰਸ਼ ਹਨ ਉਹਨਾਂ ਨੂੰ ਵੀ ਅਸੀਂ ਇੱਕ ਗੱਲ ਯਾਦ ਰੱਖਣੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਸਾਲੋ ਸਾਲ ਜਨਮ ਦਿਹਾੜੇ ਮਨਾ ਰਹੇ ਹਾਂ ਗੁਰਪੁਰਬ ਮਨਾ ਰਹੇ ਹਾਂ ਕੀਰਤਨ ਕਰ ਰਹੇ ਹਾਂ ਹਜ਼ਾਰਾਂ ਹੀ ਪੌਂਡ ਵੀ ਖਰਚ ਕਰ ਰਹੇ ਹਾਂ ਪਰ ਇਹ ਦੇਖਣਾ ਕਿ ਉਹ ਜੋ ਮਹਾਂਪੁਰਸ਼ਾਂ ਨੇ ਇੱਕ ਪੈਗਾਮ ਦਿੱਤਾ ਸੀ ਜੋ ਉਹਨਾਂ ਮਹਾਂਪੁਰਸ਼ਾਂ ਨੇ ਕਿ ਸਤਸੰਗਤ ਮਿਲ ਰਹੀ ਹੈ ਵਾਧੋ ਜੈਸੇ ਮਧਮ ਵਕੀਰਾ ਕੀ ਮੈਂ ਕਦੀ ਇਹ ਸੋਚਿਆ ਹੈ ਮਾਨਸ ਕੀ ਜਾਤ ਸਭ ਏਕ ਪਹਿਚਾਨਵੋ ਕਦੀ ਮੇਰੇ ਦਿਲ ਵਿੱਚ ਇਹ ਆਈ ਹੈ ਗੱਲ ਕੀ ਵੀ ਇਹ ਵੀ ਮੇਰਾ ਭੈਣ ਭਰਾ ਹੈ ਅਸੀਂ ਕੁਛ ਜਿਹੜਾ ਆਪਣਾ ਸਹੀ ਟਾਈਮ ਹੈ ਅਸੀਂ ਦੂਜਿਆਂ ਦੇ ਔਗਣ ਦੂਜਿਆਂ ਦੀਆਂ ਅਸੀਂ ਅਣਤੁਈਆਂ ਚੋਣ ਕਰਕੇ ਆਪਣਾ ਟਮਾ ਗੁਜ਼ਾਰ ਦਿੰਦੇ ਹਾਂ ਉਹ ਕਹਿੰਦੇ ਹਨ ਵੀ ਜਿਹੜੇ ਅਸੀਂ 2-4-6 ਪਲ ਸੈਕਿੰਡ ਦੂਜੇ ਦੀ ਬੁਰਾਈ ਨੂੰ ਤੋਲਦੇ ਹਨ ਉਹ ਅਸੀਂ ਆਪਣਾ ਜਿਹੜਾ ਇੱਕ ਮਨ ਦੀ ਅਵਸਥਾ ਇੱਕ ਜਿਹੜਾ ਉਹ ਬੇਗਮਪੁਰ ਦੀ ਗੱਲ ਕੀਤੀ ਮਹਾਂਪੁਰਸ਼ਾਂ ਨੇ ਅਸੀਂ ਉਹ ਤੋਂ ਵਾਂਝੇ ਰਹਿ ਜਾਂਦੇ ਹਾਂ। ਅੱਜ ਮੈਂ ਜਿਹੜੇ ਕੋਲ ਤੁਸੀਂ ਉਹਨਾਂ ਵੱਲ ਜਾ ਰਹੇ ਹੋਗਾ ਮੈਨੂੰ ਬੜੀ ਇਹ ਵੀ ਖੁਸ਼ੀ ਹੋ ਰਹੀ ਹੈ ਕਿ ਮੇਰਾ ਛੋਟਾ ਵੀਰ ਅਤੇ ਤਲਵਰ ਜੀ ਬਾਦਲ ਤਲਵਰ ਤੁਸੀਂ ਇਹਨਾਂ ਨੂੰ ਟੇਪਾਂ ਰਾਹੀਂ ਬੜੇ ਸਟੇਜਾਂ 'ਤੇ ਵੀ ਦੇਖਿਆ ਹੋਵੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਬੜੇ ਮੁੱਦਤਾਂ ਤੋਂ ਬਾਅਦ ਇਹਨਾਂ ਨੂੰ ਅੱਜ ਮਿਲਿਆ ਹਾਂ। ਜੈ ਗੁਰਦੇਵ ਧੰਨ ਗੁਰਦੇਵ ਧੰਨ ਗੁਰਦੇਵ ਜੀ ਅਤੇ ਹੁਣ ਅਸੀਂ ਬਾਦਲ ਤਲਵਣ ਵੱਲ ਚੱਲਾਂਗੇ ਜਿਨ੍ਹਾਂ ਨੇ ਜਿਹੜੇ ਲੋਕ ਗੀਤ ਆ ਪੰਜਾਬੀ ਦੇ ਤਾਂ ਧਾਰਮਿਕਾਂ ਤੋਂ ਬਗੈਰ ਵੀ ਇਹਨਾਂ ਦੀਆਂ ਜਿਹੜੀਆਂ ਟੇਪਾਂ ਪਹਿਲਾਂ ਆਈਆਂ ਉਹਦੇ ਤੋਂ ਇਹਨਾਂ ਦਾ ਜਿਹੜਾ ਨਾਮ ਬਣਿਆ ਹੈ ਅਤੇ ਤਲਵਣ ਏਰੀਏ ਤੋਂ ਹਨ ਜਲੰਧਰ ਜਲੰਧਰ ਏਰੀਏ ਤੋਂ ਅਤੇ ਜਲੰਧਰ ਡਿਸਟ੍ਰਿਕਟ ਦੇ ਵਿੱਚੋਂ ਨੂਰਮਲ ਦੇ ਲਾਗੇ ਅਤੇ ਇਹਨਾਂ ਦਾ ਜਾਣੀ ਬਹੁਤ ਸੁਭਾਅ ਵਧੀਆ ਹੈ ਅਤੇ ਸਾਡੇ ਨਾਲ ਵੀ ਬੜਾ ਭਾਈਚਾਰਾ ਹੈ ਪਿਆਰ ਹੈ ਅਤੇ ਇਸ ਤਰ੍ਹਾਂ ਰਾਹੇ ਵਗਾਹੇ ਇੱਕ ਦੂਏ ਨੂੰ ਅਸੀਂ ਮਿਲਦੇ ਗਲਦੇ ਰਹਿੰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਸਤਿ ਸ਼੍ਰੀ ਅਕਾਲ ਨਮਸਤੇ ਵਾਹਿਗੁਰੂ ਕਹਿੰਦੇ ਰਹਿੰਦੇ ਹਾਂ ਇੱਕ ਦੂਏ ਨੂੰ ਅਤੇ ਲੇਕਿਨ ਅੱਜ ਦੇਖਣਾ ਹੈ ਕਿ ਸਤਿਗੁਰੂ ਦਾਸ ਮਹਾਰਾਜ ਜਿਹੜਾ ਗੁਰਪੁਰਬ ਆ ਉਸਦੇ ਲਈ ਇਹ ਆਪਣੇ ਕੋਲੋਂ ਆਪਣੇ ਦਿਲ ਦੀਆਂ ਭਾਵਨਾ ਆ ਜੋ ਇਹਨਾਂ ਦੇ ਅੰਦਰ ਜੋ ਵੀ ਇਹਨਾਂ ਦਾ ਪਿਆਰ ਆ ਸਤਿਗੁਰੂ ਦਾਸ ਮਹਾਰਾਜ ਬਾਰੇ ਉਹਦੀ ਆਪਣੀ ਮਹਿਮਾ ਆਪਣੇ ਗੀਤਾਂ ਰਾਹੀਂ ਇਹ ਤੁਹਾਨੂੰ ਸੁਣਾਉਣਗੇ ਜੀ। ਤਲਵਣ ਜੀ ਹਾਂਜੀ ਫੇਰ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਔਰ ਜਿੰਨੇ ਵੀ ਆਜ਼ਾਦ ਟੀਵੀ ਦੇਖ ਰਹੇ ਪੂਰੇ ਜਗਤ ਨੂੰ ਮੇਰੇ ਵੱਲੋਂ ਜਾਣ ਕੇ ਬਾਦਲ ਤਲਵਣ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਆਪਣੇ 19 ਫਰਵਰੀ ਨੂੰ ਜਨਮ ਦਿਹਾੜਾ ਮਨਾ ਰਹੇ ਅਤੇ ਉੱਤੇ ਇੱਕ ਮੈਂ ਗਾਣਾ ਤਿਆਰ ਕਰਕੇ ਲੈ ਕੇ ਆਇਆ ਆਜੋ ਮਹਾਰਾਜ ਦੀ ਵੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਹਾਂਜੀ ਚਲੋ ਬੋਲੋ ਬੋਲੋ ਕਰੋ ਹਾਂਜੀ ਜੀ ਉਹ ਆਪਾਂ ਕਰੋ ਸਤਸੰਗ ਦੇ ਹਾਂਜੀ ਰੂਬਰੂ ਹਨ ਰੂਬਰੂ ਕਰਦੇ ਹਾਂ ਜੀ ਗੁਰ ਗੁੰਗੇ ਗੁਰ ਬਾਂਬਰੇ ਗੁਰ ਕਹਿ ਰਹੀਏ ਦਾਸ ਜੇ ਗੁਰ ਭੇਜੇ ਨਰਕ ਨੂੰ ਤੇ ਸਵਰਗ ਦੀ ਰੱਖੀਏ ਆਸ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ ਖਾਤਰ ਗਊ ਗਰੀਬ ਦੇ ਲਈ ਖਾਤਰ ਗਊ ਗਰੀਬ ਦੇ ਲਈ ਆਪਣੇ ਆਪ ਨੂੰ ਦੁੱਖ ਵਿੱਚ ਪਾਇਆ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ ਦਿਨ ਦਿਹਾੜੇ ਇੱਜ਼ਤਾਂ ਨੂੰ ਲੁੱਟੀ ਜਾਂਦੇ ਸੀ ਹੱਥੋਂ ਹੱਥੀ ਬੂਠਾ ਗਲ ਵਿੱਚ ਦੇ ਦੇ ਕੇ ਗੱਲ ਮਨਾਉਂਦੇ ਸੀ ਬਦੋ ਬਦੀ ਵੇ ਧਰਮ ਦੇ ਠੇਕੇਦਾਰਾਂ ਨੇ ਧਰਮ ਦੇ ਠੇਕੇਦਾਰਾਂ ਨੇ ਬੰਦੇ ਨੂੰ ਜਾਤ ਦੇ ਵਿੱਚ ਵੰਡਾਇਆ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ
ਉਹ ਜ਼ਮੀਰ ਮਰ ਗਿਆ ਜਿਨ੍ਹਾਂ ਦਾ ਉਹਨਾਂ ਦਾ ਕੀ ਜੱਗ ਉੱਤੇ ਜੀਣਾ ਹੱਕ ਮੰਗਿਆਂ ਨਹੀਂ ਮਿਲਦੇ ਇਹ ਕੁੱਲ ਦੁਨੀਆ ਦਾ ਕਹਿਣਾ ਕਦੇ ਧਰਮ ਨਾ ਛੱਡੀਏ ਜੀ ਗੁਰਾਂ ਨੇ ਇਹ ਸਬਕ ਪੜਾਇਆ ਗੁਰੂ ਰਵਿਦਾਸ ਨੇ ਜੀ ਨਾਰਾ ਇਨਕਲਾਬ ਦਾ ਲਾਇਆ ਗੁਰੂ ਰਵਿਦਾਸ ਨੇ ਜੀ ਨਾਰਾ ਇਨਕਲਾਬ ਦਾ ਲਾਇਆ ਉਹ ਗੱਲ ਇੱਕੋ ਯਾਦ ਰੱਖੋ ਬਿਨ ਤਕਲੀਫੋਂ ਕੁਝ ਨਹੀਂ ਮਿਲਣਾ ਜੇ ਕੁਰਬਾਨੀ ਦਿੱਤੀ ਨਾ ਇਹ ਮਸਲਾ ਹੱਲ ਨਹੀਂ ਹੋਣਾ ਓਏ ਬਾਦਲਾ ਕਾਟਾ ਕੋਈ ਨਾ ਓਏ ਬਾਦਲਾ ਕਾਟਾ ਕੋਈ ਨਾ ਜਿਨ੍ਹਾਂ ਨੇ ਗੁਰ ਦਾ ਬਚਨ ਪੁਗਾਇਆ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ ਗੁਰੂ ਰਵਿਦਾਸ ਨੇ ਜੀ ਨਾਰਾਇਣ ਕਲਾਬ ਦਾ ਲਾਇਆ ਗੁਰੂ ਰਵਿਦਾਸ ਜੀ ਨੇ ਨਾਰਾਇਣ ਇਨਕਲਾਬ ਦਾ ਲਾਇਆ ਕਿਉਂਕਿ ਸਤਿਗੁਰੂ ਦਾਸ ਮਹਾਰਾਜ ਉਸ ਵੇਲੇ ਦੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਨੇ ਟੱਕਰ ਲਈ ਸੀ ਇਨਕਲਾਬ ਦਾ ਨਾਰਾ ਜਿਹੜਾ ਅਸੀਂ ਲਾਇਆ ਸੀ ਉਹਨੀ ਇਹ ਧਾਰਮਿਕ ਪਖੰਡੀਆਂ ਦੇ ਵਰ ਖਿਲਾਫ਼ ਉਹਨੀ ਇਹ ਜਿਹੜਾ ਅਸੀਂ ਅੰਦੋਲਨ ਚਲਾਇਆ ਸੀ ਕਿਉਂਕਿ ਸਾਡੇ ਲੋਕਾਂ ਦੇ ਉਸ ਉਹਨਾਂ ਦਿਨਾਂ ਦੇ ਵਿੱਚ ਜੋ ਹਾਲਾਤ ਸਨ ਉਸ ਭਾਰਤ ਦੇਸ਼ ਦੀ ਧਰਤੀ ਦੇ ਵਿੱਚ ਉਸ ਵੇਲੇ ਸਾਧੂ ਸੰਤ ਪੀਰ ਪੈਗੰਬਰ ਜਿਹੜੇ ਆਉਂਦੇ ਸੀ ਉਹ ਭੱਲੇ ਲਈ ਆਉਂਦੇ ਹੁੰਦੇ ਸਨ ਉਹ ਕਿਸੇ ਦੇ ਨਾਲ ਵੈਰ ਵਿਰੋਧ ਕਰਨ ਦੇ ਨਹੀਂ ਆਉਂਦੇ ਸੀ ਈਰਖਾ ਨਹੀਂ ਕਰਦੇ ਹੁੰਦੇ ਸੀ ਉਹ ਇੱਕ ਦੂਏ ਨੂੰ ਸਾਂਝੀ ਬਾਲਤਾ ਦੇ ਵਿੱਚ ਪਰੋਣ ਲਈ ਆਉਂਦੇ ਹੁੰਦੇ ਸਨ ਅਤੇ ਚੌਹਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਬਾਦਲ ਜੀ ਦੇ ਹੋੜੇ ਗੁਰੂ ਰਵਿਦਾਸ ਜੀ ਮਹਾਰਾਜ ਨੇ ਨਾਰਾਇਣ ਇਨਕਲਾਬ ਦਾ ਲਾਇਆ ਗੁਰਦੇ ਰਹੀਏ ਦਾਸ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਹਾਲੇ ਵੀ ਕਈ ਤਰ੍ਹਾਂ ਦੀਆਂ ਪ੍ਰੋੜਤਾਵਾਂ ਕਈ ਤਰ੍ਹਾਂ ਦੀ ਇਹੋ ਜਿਹੇ ਵਿੰਗਾਂ ਦੇ ਵਿੱਚ ਫਸੇ ਪਏ ਹਾਂ ਜੋ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਉਸ ਵੇਲੇ ਮੈਸੇਜ ਦਿੱਤਾ ਗੱਲ ਕੰਪੇਅਰ ਕਰਦੀ ਹੈ ਉਸ ਵੇਲੇ ਕੋਈ ਫੈਸਿਲਿਟੀ ਕੋਈ ਕੁਛ ਨਹੀਂ ਰਾਜੇ ਮਹਾਰਾਜ ਜਾਂ ਇਹੋ ਜਿਹੇ ਮਾਹੌਲ ਬਣਿਆ ਹੋਇਆ ਸੀਗਾ ਵੀ ਜਿਹੜਾ ਬੰਦਾ ਇੱਕ ਪਰਮਾਤਮਾ ਦਾ ਰੱਬ ਦਾ ਨਾਮ ਉਹ ਕੰਨ ਦੇ ਵਿੱਚ ਸਿੱਕੇ ਢਾਲ ਕੇ ਪਾ ਜਾਂਦਾ ਵੀ ਤਾਂ ਕਿ ਇਹ ਗੱਲ ਚੰਗੀ ਸੁਣ ਕੇ ਧਰਮ ਦੀ ਗੱਲ ਸੁਣ ਕੇ ਕਿਸੇ ਪਾਸੇ ਨਾਲ ਲੱਗ ਜਾਣ ਕਿਉਂ ਉਹ ਚਾਹੁੰਦੇ ਨਹੀਂ ਸਨ ਸਾਨੂੰ ਇਹ ਸੋਚਣਾ ਪਿਆ ਕਿ ਉਸ ਵੇਲੇ ਇਸ ਵੇਲੇ ਕੰਪੇਅਰ ਕਰਨ ਦੀ ਲੋੜ ਨਹੀਂ ਉਹਨਾਂ ਤੋਂ ਬਾਅਦ ਬੜੇ ਬੜੀਆਂ ਪਾਥੀਆਂ ਬੜੇ ਬੜੇ ਮਹਾਰਾਜ ਬੜੇ ਬੜੇ ਸਾਡੇ ਗੁਰੂ ਆਏ ਜਿਨ੍ਹਾਂ ਨੇ ਸੱਚ ਦੀ ਆਵਾਜ਼ ਦਿੱਤੀ ਪਰ ਅਸੀਂ ਇਸ ਚੀਜ਼ ਦੇ ਵਿੱਚ ਗੁਆਚਿਆ ਵੀ ਰਵਿਦਾਸ ਮਹਾਰਾਜ ਜੀ ਨੂੰ ਅਸੀਂ ਛੋਟਾ ਵੱਡਾ ਕਰਕੇ ਦਿਖਾਲਣਾ ਸ਼ੁਰੂ ਕਰ ਦਿੰਦੇ ਅਸੀਂ ਇਹ ਨਹੀਂ ਦੇਖਿਆ ਵੀ ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਅੱਜ ਸਿੱਖਿਆ ਜਿਹੜਾ ਅੱਜ ਮਾਨਵਤਾ ਨੂੰ ਸੰਦੇਸ਼ ਜਾ ਰਿਹਾ ਇਹ ਉਹੀ ਓ ਸੰਦੇਸ਼ ਹੈ ਜਿਹੜਾ ਕਿ ਉਹੀ ਓ ਬੇਗਮਪੁਰਾ ਦੀ ਉਹਨਾਂ ਮਹਾਂਪੁਰਸ਼ਾਂ ਨੇ ਵੀ ਗੱਲ ਕੀਤੀ ਚਾਹੇ ਦਸ ਪਾਤਸ਼ਾਹੀਆਂ ਹੋਣ ਚਾਹੇ ਹੋਰ ਵੀ ਸਾਡੇ ਜਿਹੜੇ ਸਤਿਗੁਰ ਮਹਾਂਪੁਰਸ਼ ਜਿਹਨਾਂ ਕਬੀਰ ਮਹਾਰਾਜ ਜੀ ਹਨ ਧੰਨਾ ਮਹਾਰਾਜ ਜੀ ਹਨ ਉਦੋਂ ਬਾਅਦ ਸੇਨ ਜੀ ਹਨ ਕੋਈ ਵੀ ਹੈ ਉਹਨਾਂ ਨੇ ਇੱਕ ਏਕਤਾ ਦੀ ਗੱਲ ਕੀਤੀ ਉਹਨਾਂ ਨੇ ਸਾਧ ਸੰਗਤ ਨੂੰ ਮਿਲਣ ਦੀ ਗੱਲ ਸਤਸੰਗ ਮਿਲਣ ਰਹੀਏ ਜੋ ਮਾਧੋ ਜੈਸੇ ਮੱਝ ਪਖੀਰਾ ਐਸੀ ਲਾਲ ਤੁਧ ਬਿਨ ਕੌਣ ਕਰੇ ਗਰੀਬ ਨਵਾਜ ਅਸੀਂ ਪਤਾ ਕੀ ਕਹਿੰਦੇ ਅਸੀਂ ਹੋਸ ਪਾਸੇ ਸੋਚ ਲੈਂਦੇ ਹਾਂ ਗਰੀਬਾਂ ਨੂੰ ਉਹਨਾਂ ਨੇ ਵੀ ਜਿਹੜੇ ਕਿ ਜਿਹਨਾਂ ਬੰਦਿਆਂ ਕੋਲ ਪੈਸਾ ਨਹੀਂ ਦਿਹਾੜੀ ਕਰਦਾ ਉਹ ਗਰੀਬ ਆ ਉਹਨਾਂ ਨੂੰ ਉੱਪਰ ਚੱਕਿਆ ਅਸੀਂ ਚਾਹੇ ਲੱਖਾਂਪਤੀ ਹਾਂ ਚਾਹੇ ਕਰੋੜਾਂਪਤੀ ਹਾਂ ਜੇ ਅੰਦਰੋਂ ਅਸੀਂ ਗਰੀਬ ਹਾਂ ਅਸੀਂ ਗਰੀਬ ਹਾਂ ਸਾਡੀਆਂ ਬਾਹਲੀਆਂ ਵੱਡੇ ਵੱਡੇ ਮਹਿਲ ਵੱਡੀਆਂ ਵੱਡੀਆਂ ਕਾਰਾਂ ਵੱਡੀਆਂ ਵੱਡੀਆਂ ਅਸੀਂ ਕਹਿੰਦੇ ਡਿਗਰੀਆਂ ਵੱਡੀਆਂ ਗੱਡੀਆਂ ਨੇਤਾਂ ਦੀਆਂ ਉਹ ਕੋਈ ਕੰਮ ਨਹੀਂ ਆਉਣੀਆਂ ਜੇ ਅਸੀਂ ਦਿਲੋਂ ਗਰੀਬ ਹੈ ਸਾਡਾ ਮਨ ਗਰੀਬ ਹੈ ਉਹਨਾਂ ਲੋਕਾਂ ਨੂੰ ਉਹਨਾਂ ਨੇ ਨੀਚੋ ਊਚ ਜਿਹਨਾਂ ਲੋਕਾਂ ਦਾ ਇੱਦਾਂ ਦੇ ਖਿਆਲ ਸੀ ਨੀਚੋ ਊਚ ਕਰੇ ਮੇਰਾ ਗੁਰ ਜਿਹਨਾਂ ਦੇ ਇੱਦਾਂ ਦੇ ਮਾੜੇ ਖਿਆਲ ਸਨ ਨੀਚ ਖਿਆਲ ਸਨ ਉਹਨਾਂ ਨੂੰ ਉਹਨਾਂ ਨੇ ਇੱਕ ਸਹਾਰਾ ਦੇ ਕੇ ਉੱਚਾ ਕੀਤਾ ਕਿਉਂ ਉਹਦੇ ਮੀਰਾਂ ਜੀ ਇੱਕ ਪਾਤਸ਼ਾਹ ਜੀ ਇੱਕ ਰਾਣੀ ਦੀ ਬੇਗਮ ਸੀ ਰਾਣੀ ਦੀ ਧੀ ਸੀ ਕੁਛ ਵੀ ਉਹਨਾਂ ਨੇ ਦੇਖ ਲਓ ਸਭ ਕੁਝ ਪਹਿਚਾਣ ਕੀਤੀ ਕਿਉਂਕਿ ਸ੍ਰੀ ਬੁੱਲੇ ਸ਼ਾਹ ਨੇ ਕਿਹਾ ਕਿ ਕਿਉਂਕਿ ਇਹਨਾਂ ਮਹਾਂਪੁਰਸ਼ਾਂ ਨੂੰ ਪਤਾ ਹੈ ਇਹ ਦੁਨੀਆਦਾਰੀ ਕੀ ਹੈ ਅਤੇ ਉਹ ਦੂਜੇ ਪਾਸੇ ਅਧਿਆਤਮ ਬਾਤ ਕੀ ਹੈ ਬੁੱਲੇ ਸ਼ਾਹ ਨੂੰ ਪੁੱਛਿਆ ਵੀ ਰੱਬ ਕਿੱਦਾਂ ਮਿਲ ਜਾ ਬੁੱਲਿਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ ਇਹ ਦੁਨੀਆਦਾਰੀ ਵੱਲੋਂ ਕੱਟ ਕੇ ਇੱਥੇ ਅਧਿਆਤਮ ਵੱਲ ਲਾਉਣਾ ਇਸ ਕਰਕੇ ਇਹ ਸ੍ਰੀ ਗੁਰੂ ਗੁਰਦਾਸ ਮਹਾਰਾਜ ਨੇ ਗੱਲ ਕੀਤੀ ਆਓ ਉਹਨਾਂ ਦੀਆਂ ਸਿੱਖਿਆਵਾਂ ਸਾਰੇ ਗੁਰੂਆਂ ਦੀਆਂ ਸਿੱਖਿਆ ਨੂੰ ਸਮਝੀਏ ਨਾ ਕਿ ਅਸੀਂ ਪਾਠਾਂ ਦੇ ਵਿੱਚ ਪੈ ਕੇ ਸਵੇਰੇ ਆ ਕੇ ਜਦੀ ਕਿ ਉਹ ਭੋਗ ਪਾਈਏ ਨੰਗੇ ਪੈਰੀ ਤੋਲੀਏ ਜੀ ਕੀਤੀ ਉਹ ਸਿਰਫ ਗੁਰਬਾਣੀ ਵਿੱਚ ਕਿਹਾ ਵੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਧੰਨਵਾਦ ਜੀ ਚੌਹਾਨ ਜੀ ਅਤੇ ਅਸੀਂ ਹੁਣ ਤਲਵਨ ਵੱਲ ਫਿਰ ਚੱਲਦੇ ਹਾਂ ਤਲਵਨ ਜੀ ਅਗਲਾ ਜਿਹੜਾ ਜੋ ਵੀ ਤੁਹਾਡਾ ਗੀਤ ਆ ਹਾਂਜੀ ਅਤੇ ਸਤਿਗੁਰ ਦੀ ਮਹਿਮਾ ਦੇ ਵਿੱਚ ਹਾਂਜੀ
ਮੇਰੇ ਇੱਕ ਦਿਮਾਗ ਦੇ ਵਿੱਚ ਗੱਲ ਆ ਜੀ, ਮੈਂ ਤੁਹਾਡੇ ਹਾਂਜੀ ਹਾਂਜੀ ਕਰੋ ਕਰੋ ਕਦੋਂ 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 ਸ਼ੇਅਰ ਕਰਨੀ ਸਾਰੇ ਸ਼ੇਅਰ ਕਰਨਾ ਚਾਹਣਾ ਜੀ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਿਹੜੇ ਆਪਾਂ ਸਾਰੇ ਕਹਿੰਦੇ ਇਨਕਲਾਬੀ ਆ ਜੀ, ਜਿਹੜੇ ਇਨਕਲਾਬੀ ਹੁੰਦੇ ਉਹ ਭਗਤ ਨਹੀਂ ਹੁੰਦੇ ਜੀ, ਜਿਹੜਾ ਭਗਤ ਬੰਦਾ ਹੁੰਦਾ ਆਪਣੇ ਪਿੰਡਾਂ 'ਚ ਹੁੰਦੇ ਨਾ, ਕਈ ਬੰਦੇ ਕਹਿੰਦੇ ਯਾਰ ਇਹ ਤਾਂ ਵਿਚਾਰਾ ਕਿਸੇ ਦੀ ਗੱਲ 'ਚ ਦਖਲ ਨਹੀਂ ਦਿੰਦਾ, ਉਹਨੂੰ ਆਪਾਂ ਭਗਤ ਕਹਿੰਦੇ ਆ ਜੀ, ਜਿਹੜੇ ਜਿਹੜੇ ਇਨਕਲਾਬੀ ਹੁੰਦੇ ਉਹਨਾਂ ਮੂਹਰੇ ਕਈ ਵਾਰੀ ਜਿੱਦਾਂ ਕਿਸੇ ਨੂੰ ਮਾੜਾ ਸਮਝ ਕੇ ਉਹਦੇ ਮੂਹਰੇ ਭਗਤ ਲਾਇਆ ਜਾਂਦਾ, ਪਰ ਜਿਹੜੇ ਇਨਕਲਾਬੀ ਹੁੰਦੇ ਸੂਰਬੀਰ ਹੁੰਦੇ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਸਨ ਜੀ, ਲੋਕੀ ਭਗਤ ਹੀ ਕਹੀ ਗੱਲ ਹੈਗਾ, ਜਦਕਿ ਜਿਹੜੇ ਭਗਤ ਹੁੰਦੇ ਉਹ ਇਨਕਲਾਬੀ ਨਹੀਂ ਹੋ ਸਕਦੇ ਜੀ, ਇਹ ਬਾਦਲ ਜੀ ਜਿਹੜੀ ਗੱਲ ਹੈ ਨਾ ਇਹ ਭਗਤ ਦੀ ਤੇ ਗੁਰੂ ਦੀ ਹੈ, ਜਿਹੜੀ ਸਾਡੇ ਲੋਕਾਂ ਦੀ ਆਪਣੀ ਸੋਚ ਆਪੋ ਆਪਣੀ ਬਣ ਗਈ ਆ ਹਾਂਜੀ, ਤੇ ਕਿਸੇ ਰਾਈਟਰ ਨੇ ਕਰੀ ਪਹਿਲਾਂ ਮੈਂ ਤੁਹਾਡਾ ਗੀਤ ਜ਼ਰੂਰ ਸੁਣੂਗਾ, ਬਾਅਦ 'ਚ ਮੈਂ ਇਸ ਗੱਲ ਦੇ ਉੱਤੇ ਜ਼ਰੂਰ ਕਮੈਂਟ ਲਾਊਂਗਾ ਹਾਂਜੀ, ਇਹ ਗੁਰੂ ਰਵਿਦਾਸ ਮਹਾਰਾਜ ਦਾ ਇਹ ਉਦੋਂ ਦੀ ਗੱਲ ਆ ਜੀ ਜਦੋਂ ਮੀਰਾਂ ਨੂੰ ਇਹ ਗੱਲ ਕਹਿੰਦੇ ਸਾਰੇ ਵੀ ਭਾਈ ਉਹ ਬੰਦਾ ਇੱਦਾਂ ਤੂੰ ਇੱਦਾਂ ਵੀ ਤੂੰ ਉਹਦੇ ਕੋਲ ਕੀ ਗੱਲ ਜਾਣੀ ਆ, ਉਹ ਉਸ ਵੇਲੇ ਕਹਿੰਦੀ ਆ ਵੀ ਤੁਸੀਂ ਮੇਰੇ ਇੱਕ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਦੇਖੋ, ਉਸ ਟਾਈਮ ਦਾ ਥੋੜ੍ਹੀਆਂ ਮੈਂ ਨਵੇਂ ਗਾਣੇ ਲੈ ਕੇ ਲੈ ਕੇ ਆਇਆ ਜੀ ਜੀ, ਠੀਕ ਹੈ ਜੀ, ਤੇ ਮੈਂ ਸਾਰੇ ਜਗਤ ਨੂੰ ਕਹਿੰਦਾ ਜ਼ਰੂਰ ਸੁਣੋ ਔਰ ਸ਼ੇਅਰ ਕਰੋ ਸਪੋਰਟ ਕਰੋ ਸਾਰੇ ਜੀ, ਜਿੰਨਾ ਆਪਣੇ ਆਪ ਨੂੰ ਜਾਣ ਲਿਆ, ਜਿੰਨਾ ਜਿੰਨਾ ਆਪਣੇ ਆਪ ਨੂੰ ਜਾਣ ਲਿਆ ਉਹ ਜੱਗ ਤੋਂ ਜੁਦਾ ਹੋ ਜਾਂਦੇ ਨੇ, ਜਿੰਨਾ ਮੁਰਸ਼ਦ ਨੂੰ ਰੱਬ ਜਾਣ ਲਿਆ ਉਹ ਬੰਦਿਓ ਖੁਦਾ ਹੋ ਜਾਂਦੇ ਨੇ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਗੁਰੂ ਮੇਰਾ ਰੂਪ ਰੱਬ ਦਾ, ਗੁਰੂ ਮੇਰਾ ਰੂਪ ਰੱਬ ਦਾ, ਉਹ ਕੀ ਲੈਣਾ ਏ ਮਦੀਨਿਆਂ 'ਚ ਜਾ ਕੇ, ਗੁਰੂ ਮੇਰਾ ਰੂਪ ਰੱਬ ਦਾ, ਗੁਰੂ ਮੇਰਾ ਰੂਪ ਰੱਬ ਦਾ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਗੁਰੂ ਮੇਰਾ ਰੂਪ ਰੱਬ ਦਾ, ਗੁਰੂ ਮੇਰਾ ਰੂਪ ਰੱਬ ਦਾ, ਉਹ ਮਨ ਚੰਗਾ ਲੋਕੋ ਤੇ ਕਠੋਤੀ ਵਿੱਚ ਗੰਗਾ ਏ, ਆਪ ਬੰਦਾ ਚੰਗਾ ਤੇ ਸਾਰਾ ਜੱਗ ਚੰਗਾ ਏ, ਓਏ ਮਨ ਚੰਗਾ ਲੋਕੋ ਤੇ ਕਠੋਤੀ ਵਿੱਚ ਗੰਗਾ ਏ, ਆਪ ਬੰਦਾ ਚੰਗਾ ਤੇ ਸਾਰਾ ਜੱਗ ਚੰਗਾ, ਕਿਸੇ ਖੱਟਿਆ ਨਾ ਗੱਲ ਨੂੰ ਵਧਾ ਕੇ, ਗੁਰੂ ਮੇਰਾ ਰੂਪ ਰੱਬ ਦਾ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਰੱਬ ਦਾ, ਗੁਰੂ ਮੇਰਾ ਰੂਪ ਰੱਬ ਦਾ, ਉਹ ਬਾਦਲ ਨਕਮਾ ਬਸ ਗੁਰਾਂ ਨੇ ਬਚਾ ਲਿਆ, ਓਏ ਬਾਦਲ ਨਕਮਾ ਬਸ ਗੁਰਾਂ ਨੇ ਬਚਾ ਲਿਆ, ਗਲੀਆਂ ਦਾ ਰੂੜਾ ਧੂੜਾ ਤਖਤ ਬਿਠਾ ਲਿਆ, ਉਹ ਲੱਭਿਆ ਕਿਸੇ ਨੂੰ ਰੌਲਾ ਪਾ ਕੇ, ਨਾ ਉਹ ਲੱਭਿਆ ਕਿਸੇ ਨੂੰ ਰੌਲਾ ਪਾ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਤੁਸੀਂ ਕਰ ਲਓ ਦੀਦਾਰ ਸਾਰੇ ਆ ਕੇ, ਗੁਰੂ ਮੇਰਾ ਰੂਪ ਰੱਬ ਦਾ, ਗੁਰੂ ਮੇਰਾ ਰੂਪ ਰੱਬ ਦਾ, ਗੁਰੂ ਮੇਰਾ ਰੂਪ ਰੱਬ, ਜੀ ਬਹੁਤ ਬਹੁਤ ਧੰਨਵਾਦ, ਗੁਰੂ ਮੇਰਾ ਰੂਪ ਰੱਬ ਦਾ, ਵਾਕਿਆ ਹੀ ਸਤਿਗੁਰੂ ਜਗਤ ਗੁਰੂ ਗੁਰੂਆਂ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਜਗਤ ਗੁਰੂ ਦਾ ਜਿਹੜਾ ਆ ਇਹ ਰੁਤਬਾ ਜਿਹੜਾ ਜਿਹੜੇ ਉਹਨੂੰ ਪਹਿਚਾਣ ਹੈ ਜਗਤ ਗੁਰੂ ਦੀ ਇਸ ਕਰਕੇ ਮਿਲੀ ਹੋਈ ਆ ਕਿ ਉਹਨਾਂ ਦੇ ਵਿੱਚ
ਦੇ ਸਨ ਜਿਹੜੀ ਬਾਦਲ ਜੀ ਹੁਣੀ ਗੱਲ ਕੀਤੀ ਸੀਗੀ ਪਹਿਲਾਂ ਕਿ ਇਹ ਕਈ ਇਹ ਬੜੇ ਲੰਬਾ ਵਿਸ਼ਾ ਹੈ ਉਹ ਸਾਡੇ ਇਸ ਗੱਲ ਨੂੰ ਜੇ ਅਸੀਂ ਗੱਲ ਕਹੀਏ ਅਸੀਂ ਇੱਕ ਟੇਬਲ 'ਤੇ ਅੱਜ ਇਹਨੂੰ ਖਤਮ ਕਰ ਸਕਦੇ ਨਹੀਂ ਕਰ ਸਕਦੇ ਭਗਤ ਔਰ ਗੁਰੂ ਦੀ ਇੱਕ ਤਾਂ ਕਹਿੰਦੇ ਕਿ ਇੱਕ ਵਾਰੀ ਲੂਣ ਦੀਆਂ ਦੋ ਡਲੀਆਂ ਸਮੁੰਦਰ ਦੇ ਕੰਢੇ ਬੈਠੀਆਂ ਗੱਲਾਂ ਕਹਿੰਦੀ ਕਿੰਨਾ ਡੂੰਘਾ ਉਹ ਕਹਿੰਦੀ ਜਾ ਕੇ ਤੂੰ ਦੇਖ ਕੇ ਆ ਉਹ ਇੱਕ ਜਦੋਂ ਗਈ ਉਹ ਮੁੜ ਕੇ ਕਿੱਥੇ ਆਉਣਾ ਸੀ ਉਹ ਦੂਜੀ ਗਈ ਦੂਜੀ ਵੀ ਉਹਦੇ ਵਿੱਚ ਭੇਦ ਹੋ ਗਈ ਜਿਸ ਤਰ੍ਹਾਂ ਕਿ ਸਤਿਗੁਰੂ ਦਾਸ ਮਹਾਰਾਜ ਗੁਰੂ ਉੱਪਰ ਵਾਲੇ ਦੀ ਆਪਣੀ ਜਿਹੜੀ ਭਗਤੀ ਕਰਦੇ ਸੀ ਜੇ ਸਤਿਗੁਰੂ ਮਹਾਰਾਜ ਉਹਦੇ ਵਿੱਚ ਲੀਨ ਹੋ ਜਾਣਾ ਸੀ ਲੇਕਿਨ ਉਹਨਾਂ ਨੇ ਉਹਦੇ ਵਿੱਚ ਲੀਨ ਹੋਣ ਤੋਂ ਬਾਅਦ ਆ ਕੇ ਆਪਣੀ ਜਿਹੜੀ ਆ ਜੋ ਵੀ ਬਹੁਤ ਵਧੀਆ ਸ਼ੁਰੂ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਤੱਕ ਅਸੀਂ ਇਹ ਜਿਹੜਾ ਇੱਕ ਮੈਂ ਤਾਂ ਕਹੂੰਗਾ ਵੀ ਇੱਕ ਗਲਤ ਸੋਚ ਲੈ ਕੇ ਅਸੀਂ ਪੜ੍ਹੀ ਹੋਈ ਆ ਇਨਕਲਾਬ ਸੋਸਾਇਟੀ ਦੇ ਵਿੱਚ ਉਹ ਬੰਦਾ ਜੋ ਵੀ ਇਨਕਲਾਬ ਜਾ ਚਾਹੇ ਧਾਰਮਿਕ ਖਿਆਲ ਹੈ ਚਾਹੇ ਪੋਲੀਟੀਕਲ ਹੈ ਚਾਹੇ ਕੋਈ ਵੀ ਉਹ ਬੰਦਾ ਇੱਕ ਜੋ ਸਿਸਟਮ ਚੱਲਦਾ ਉਹਦੇ ਵਿੱਚ ਇਨਕਲਾਬ ਲਾ ਕੇ ਉਹਦੇ ਵਿੱਚ ਇੱਕ ਚੇਂਜ ਲਿਆ ਦਿੰਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਉਸ ਵੇਲੇ ਇਨਕਲਾਬ ਲਿਆਂਦਾ ਕਿਉਂਕਿ ਜਿਹੜਾ ਇਸ ਵੇਲੇ ਉਸ ਵੇਲੇ ਢਾਂਚਾ ਬਣਿਆ ਸੀ ਉਹਨੂੰ ਚੇਂਜ ਕਰਕੇ ਉਸ ਨੂੰ ਵੱਧ ਕੇ ਆਪਣੇ ਆਪ ਨੂੰ ਅਸੀਂ ਨਾ ਉਹਨਾਂ ਦੀ ਕੋਈ ਸਪੋਰਟ ਸੀ ਨਾ ਉਹ ਇਹਨਾਂ ਦੀ ਕੋਈ ਉਹਨਾਂ ਦੀ ਕੋਈ ਹਾਂ ਸਪਿਰਚੁਅਲੀ ਤੌਰ 'ਤੇ ਉਹ ਹਾਈਐਸਟ ਗੁਰੂ ਸਨ ਉਹਨੂੰ ਇਹ ਨਹੀਂ ਕਹਿ ਸਕਦੇ ਨਾ ਅਸੀਂ ਅੱਜ ਚਾਹੇ ਮੈਂ ਗੱਲ ਬਲੀ ਖੋਲ੍ਹ ਕੇ ਕਰਨਾ ਚਾਹੁੰਦਾ ਹੈ ਅਸੀਂ ਕਈ ਵਾਰੀ ਸਾਡੇ ਬਾਬਾ ਸਾਹਿਬ ਦਾ ਮਿਸ਼ਨ ਬਹੁਤ ਸੀ ਸ਼੍ਰੀ ਗੁਰਦਾਸ ਮਹਾਰਾਜ ਮਿਸ਼ਨ ਸੀ ਇਹ ਬਿਲਕੁਲ ਗਲਤ ਹੈ ਸ਼੍ਰੀ ਗੁਰਦਾਸ ਮਹਾਰਾਜ ਦਾ ਮਿਸ਼ਨ ਇੱਕ ਸਪਿਰਚੁਅਲ ਮਿਸ਼ਨ ਸੀ ਬਾਬਾ ਸਾਹਿਬ ਦਾ ਮਿਸ਼ਨ ਇੱਕ ਪੋਲੀਟੀਕਲ ਕਹਿ ਸਕਦੇ ਇੱਕ ਸਮਾਜ ਸੁਧਾਰਕ ਸੀ ਉਹਨਾਂ ਨੇ ਜੋ ਸਾਡੀ ਸੋਸਾਇਟੀ ਨੂੰ ਦੇਣ ਦਿੱਤੀ ਉਹਦੇ ਨਾਲ ਕੋਈ ਦੇ ਨਹੀਂ ਸਕਦਾ ਕਿਉਂਕਿ ਜੋ ਗੁਰੂ ਸਨ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਗੁਰੂ ਦੀ ਇੱਕ ਬਹੁਤ ਹਾਈਐਸਟ ਇੱਕ ਉਹਨਾਂ ਦੀ ਇੱਕ ਮੈਨੂੰ ਪਦਵੀ ਹੈ ਪਦਵੀ ਤੋਂ ਵੀ ਉੱਪਰ ਇੱਕ ਉਹਨਾਂ ਦਾ ਇੱਕ ਐਸਾ ਹੈ ਜਿੱਦਾਂ ਗੁਰਬਾਣੀ ਵਿੱਚ ਗੁਰੂ ਗੋਬਿੰਦ ਦੋਨੋਂ ਖੜੇ ਕਾਕੇ ਲਾਗੂ ਪਾਰ ਉਹ ਕਹਿੰਦੇ ਬਲਿਹਾਰੀ ਗੁਰ ਆਪਣੇ ਜੇ ਦਿਓ ਗੋ ਰੱਬ ਤੋਂ ਵੀ ਉੱਚਾ ਦਰਜਾ ਗੁਰੂ ਨੂੰ ਦਿੱਤਾ ਵੀ ਗੁਰੂ ਦੇ ਰਾਹੀਂ ਹੀ ਮੈਂ ਉਸ ਜਿਹੜੀ ਕਿ ਗੋਬਿੰਦ ਨੂੰ ਮਿਲਿਆ ਇਸ ਕਰਕੇ ਅੱਜ ਅਸੀਂ ਜੋ ਵੀ ਸਾਡੇ ਪਾਠੀ ਹਨ ਜੋ ਵੀ ਸਾਡੇ ਕਥਾਕਾਰ ਇਸ ਵਿਸ਼ੇ ਨੂੰ ਲੈ ਕੇ ਅਸੀਂ ਪੈਸੇ ਬਟੋਰਦੇ ਹਾਂ ਹਾਂਜੀ ਬ੍ਰੇਕ ਤੇ ਇਸ ਤੋਂ ਬਾਅਦ ਸ਼ਾਇਦ ਬਾਅਦ ਤੁਸੀਂ ਹਨ ਬਾਅਦ ਚ ਆਪਾਂ ਅਸੀਂ ਫਿਰ ਬ੍ਰੇਕ ਤੇ ਜਾਣਾ ਹੈ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਲੈਣੀਆਂ ਹਨ ਅਤੇ ਤੁਸੀਂ ਸਤਿਗੁਰੂ ਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਗੱਲਾਂ ਕਰ ਸਕਦੇ ਹੋ ਅਤੇ ਮੈਂ ਇੱਕ ਜ਼ਰੂਰ ਗੱਲ ਆ ਜਿਹੜੀ ਕਿ 15 ਮਾਰਚ ਆ ਭੈਣ ਮਾਇਆਵਤੀ ਸੁਪਰੀਮੋ BSP ਉਹਨਾਂ ਦਾ ਜਨਮਦਿਨ ਹੈ ਭਾਰਤ ਦੇਸ਼ ਦੀ ਧਰਤੀ 'ਤੇ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਸੀਂ ਭੈਣ ਮਾਇਆਵਤੀ ਦੇ ਜਨਮਦਿਨ ਦੀਆਂ ਵੀ ਆਜ਼ਾਦ TV ਵੱਲੋਂ ਔਰ ਸਾਡੇ ਸਾਰੇ ਸਰੋਤਿਆਂ ਵੱਲੋਂ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਜਿਹੜਾ ਸਾਡਾ ਇਹ ਪ੍ਰੋਗਰਾਮ ਆ 5 ਤੋਂ 6 ਭਾਰਤ ਦੇਸ਼ ਦੀ ਧਰਤੀ 'ਤੇ ਪੰਜਾਬ ਦੇ ਵਿੱਚ ਜੈ ਭੀਮ ਚੈਨਲ 'ਤੇ 5 ਤੋਂ 6 ਰੋਜ਼ ਚੱਲਦਾ ਹੈ ਇਹ 434 ਦੇ ਉੱਤੇ ਤੁਸੀਂ ਉੱਥੇ ਵੀ ਦੇਖਣਾ ਜਿਹੜਾ ਇੱਥੇ ਵਾਲਾ ਪ੍ਰੋਗਰਾਮ ਆ ਅਸੀਂ ਉੱਥੇ ਉਹ ਰਿਪੀਟ ਕਰਦੇ ਭਾਰਤ ਦੇਸ਼ ਦੀ ਧਰਤੀ ਦੇ 5 ਵਜੇ ਤੋਂ ਲਾ ਕੇ 6 ਵਜੇ ਤੱਕ ਇਹ ਹਰੇਕ ਐਵਰੀਡੇ ਮਤਲਬ ਜੈ ਭੀਮ ਚੈਨਲ ਜਿਹੜਾ ਹੈ 434 'ਤੇ ਅਤੇ ਕਹਿੰਦੇ ਕਿ ਜਿਹੜਾ ਅੱਜ ਦਾ ਜ਼ਮਾਨਾ ਜਿਹੜਾ 19-20 ਬਹੁਤ ਹੁੰਦੀ ਦੇਖੀ ਆ ਅਤੇ ਲੇਕਿਨ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਅੱਖੀਂ ਦੇਖ ਰਹੇ ਹਾਂ 20-19 ਹੁੰਦਾ ਦੇਖਿਆ ਆ 20-19 ਵੀ ਹੋ ਗਿਆ ਆ 19-20 ਤਾਂ ਹੁੰਦਾ ਸੁਣਿਆ ਸੀ ਲੇਕਿਨ 20-19 ਹੁੰਦਾ ਦੇਖ ਲਿਆ ਆ ਅਸੀਂ ਅਤੇ ਇਹ ਜਿਹੜੀਆਂ ਸਾਡੇ ਵਿੱਚ ਜਿਹੜੀਆਂ ਇਹ ਚੀਜ਼ਾਂ ਹਨ ਜਾਂ ਘੱਟ ਵੱਧਦੇ ਹਨ ਅਤੇ ਅਸੀਂ ਆਪਾਂ ਜਿਹੜਾ ਟਾਈਮ ਦੀ ਕਦਰ ਨਹੀਂ ਕਰਦਾ ਅਤੇ ਉਹ ਟਾਈਮ ਦੇ ਨਾਲ ਅੱਗੇ ਨਹੀਂ ਵੱਧ ਸਕਦਾ ਟਾਈਮ ਉਸ ਨੂੰ ਮਾਫ਼ ਨਹੀਂ ਕਰਦਾ ਬ੍ਰੇਕ 'ਤੇ ਜਾਂਦੇ ਬ੍ਰੇਕ ਤੋਂ ਬਾਅਦ ਤੁਹਾਡੇ ਲਾਈਵ ਕਾਲਾਂ ਲਵਾਂਗੇ ਜੈ ਗੁਰਦੇਵ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ ਅਤੇ ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ ਜਿਸ ਤਰ੍ਹਾਂ ਕਿ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਹੈ 02085715105 ਤੁਸੀਂ ਇਸ 'ਤੇ ਲਾਈਵ ਕਾਲ ਕਰਕੇ ਆਪਣਾ ਇਹ ਗੱਲ ਕਰ ਸਕਦੇ ਹੋ
ਤੇ ਜਿਹੜੀ ਗੱਲਬਾਤ ਆ ਉਹ ਸਤਿਗੁਰੂ ਦਾਸ ਮਹਾਰਾਜ ਦੇ ਗੁਰਪੁਰਬ ਦੀ ਹੈ। ਤਲਵਣ ਜੀ ਦੇ ਨਾਲ ਜਾਂ ਚੌਹਾਨ ਜੀ ਦੇ ਨਾਲ ਜਾਂ ਮੇਰੇ ਨਾਲ ਜਿਹੜੀ ਗੱਲ ਕਰਨੀ ਉਹੀ ਤੁਸੀਂ ਕਰ ਸਕਦੇ ਆ ਤਾਂ ਕਿ ਜਿਹੜਾ ਆਪਣਾ ਟਾਈਮ ਬਚ ਸਕੇ। ਆਪਾਂ ਲਾਈਵ ਕਾਲਾਂ ਜਿਹੜੀਆਂ ਖੁੱਲ ਚੁੱਕੀਆਂ ਹਨ। ਹਾਂਜੀ ਚੌਹਾਨ ਜੀ, ਦੇਖੋ ਜੀ ਜਿਸ ਤਰ੍ਹਾਂ ਪਹਿਲਾਂ ਗੱਲ ਚੱਲਦੀ ਸੀ ਵੀ ਅੱਜ ਅਸੀਂ ਸ੍ਰੀ ਗੁਰਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਉਹਦੇ ਨਾਲ ਨਾਲ ਅਸੀਂ ਸਾਰਿਆਂ ਗੁਰੂਆਂ ਪੀਰਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਵੀ ਅਸੀਂ ਆਪਣੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਉਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਇਸ ਪਾਸੇ ਲਾ ਦਿੱਤੀ। ਮਾਨਿਸ਼ ਕੀ ਜਾਤ ਸਭੀ ਇੱਕ ਪਹਿਚਾਨ ਵੋ, ਮਾਨਿਸ਼ ਜਨਮ ਦੁਰਲੱਭ ਹੈ ਹੋਤਨਾ ਬਾਰੰਬਾਰ, ਜੋ ਫਲ ਪਾਕੇ ਭੋਏ ਗਰੇ ਬਹੁ ਨਾ ਲਾਗੇ ਡਾਰ। ਅਸੀਂ ਸਿਰਫ ਉਹ ਜਿਹੜਾ ਅਸਲੀਅਤ ਉਹਨਾਂ ਨੇ ਸਾਨੂੰ ਯਾਦ ਕਰਾਈ ਸੀ ਵੀ ਇਨਸਾਨ ਨੂੰ ਦੱਸਿਆ ਵੀ ਤੂੰ ਇੱਥੇ ਕਰਨ ਕੀ ਆਇਆ, ਤੂੰ ਕਿੱਥੋਂ ਆਇਆ, ਕਿੱਥੇ ਜਾਣਾ ਅਤੇ ਇੱਥੇ ਕੀ ਕਰ ਰਿਹਾ। ਇਸ ਗੱਲਾਂ ਤੋਂ ਪਰੇ ਅਟ ਕੇ ਅਸੀਂ ਉਹਨਾਂ ਨੂੰ ਇਸ ਜਿਹੜਾ ਕਿ ਬਿਨਾਂ ਬਤਲੋ ਤੋਂ ਵੀ ਇਸੇ ਰੌਲਾ ਪਾ ਦਿੰਦੇ ਨੇ ਜੋ ਭਗਤ ਸਾਨੂੰ ਕੁਛ ਹਨ ਵੀ ਅਸੀਂ ਕੀ ਲੈਣਾ ਦੇਣਾ, ਇੱਕ ਜਿਹਦੀ ਸ਼ਰਧਾ ਹੈ। ਹੁਣ ਮੈਂ ਰੱਖੇ ਕੌਲ ਆ ਗਈ। ਹੈਲੋ ਜਗਦੇਵ ਜੀ। ਬਹੁਤ ਅੱਛੀ ਗੱਲ ਆ, ਔਰ ਐਡਵਾਂਸ ਵਿਚ ਵਧਾਈਆਂ, ਔਰ ਲਾਗੇ ਜਾ ਕੇ ਵੀ ਫੋਨ ਕਰਾਂਗੇ ਜੀ। ਜੋ ਗੁਰੂ ਰਵਿਦਾਸ ਜੀ ਨੇ ਸਾਡੇ ਲਈ ਕੀਤਾ ਉਹ ਵੀ ਉਸ ਜ਼ਮਾਨੇ ਵਿਚ ਅੱਜ ਤੋਂ 600 ਸਾਲ ਪਹਿਲਾਂ ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ। ਗੁਰੂ ਰਵਿਦਾਸ ਜੀ, ਬਾਬਾ ਸਾਹਿਬ, ਡਾਕਟਰ ਅੰਬੇਡਕਰ ਦੋਨੇ ਸਾਡੇ ਸਮਾਜ ਦੇ ਹੀਰੇ ਆ, ਸਾਡੇ ਮੋਤੀ ਆ ਜੀ। ਧੰਨਵਾਦ ਜੀ ਬੇਦੀ ਜੀ, ਸਨ ਹਰਬੰਸ ਬੇਦੀ ਜੀ ਗ੍ਰੀਨਫੋਰਡ ਤੋਂ, ਅਤੇ ਜਿਨ੍ਹਾਂ ਨੇ ਸਤਿਗੁਰੂ ਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਵਧਾਈਆਂ, ਕਿਉਂਕਿ 19 ਦੇ ਵਿੱਚ ਆ ਜਿਹੜਾ ਅੱਜ ਤੋਂ ਤਿਆਰੀਆਂ ਹੋ ਰਹੀਆਂ ਸੰਸਾਰ ਸਾਰੇ ਦੇ ਵਿੱਚ, ਜਿੱਥੇ ਜਿੱਥੇ ਵੀ ਉਹਦੇ ਉਹਨਾਂ ਦੇ ਸ਼ਰਧਾਲੂ ਬੈਠੇ ਹਨ, ਜਿੱਥੇ ਜਿੱਥੇ ਵੀ ਉਹਨਾਂ ਨੂੰ ਮੰਨਣ ਵਾਲੇ ਬੈਠੇ ਹਨ, ਜਿੱਥੇ ਜਿੱਥੇ ਵੀ ਪੈਰੋਕਾਰ ਬੈਠੇ ਹਨ, ਉਹ ਜਿਸ ਤਰ੍ਹਾਂ ਕਿ ਆਪਾਂ ਵੀ ਵਿਆਹ ਸ਼ਾਦੀਆਂ ਨੂੰ ਆਪਣੇ ਘਰ ਰੋਗਨ ਕਰਵਾਉਂਦੇ ਹਾਂ, ਲੇਕਿਨ ਇਹ ਤਾਂ ਸਾਡੇ ਗੁਰੂ ਦਾ ਜਿਹੜਾ ਪਵਿੱਤਰ ਜਨਮ ਆ, ਜਿਹੜਾ ਉਸਦੇ ਵੇਲੇ ਦਾ ਪ੍ਰਕਾਸ਼ ਦੇਸ਼ ਬੁਝਿਆ, ਉਸਦੇ ਉੱਤੇ ਸਾਨੂੰ ਘਰਾਂ ਨੂੰ ਦੀਵੇ ਜਗਾਉਣੇ ਚਾਹੀਦੇ ਆ। ਅਸੀਂ ਦੀਵੇ ਜਗਾਉਂਦੇ ਹਾਂ ਉਹਨਾਂ ਉਸ ਵੇਲੇ ਜਦੋਂ ਕਿ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ, ਜਿਨ੍ਹਾਂ ਨੇ ਸਾਨੂੰ ਇਹ ਥੱਲੇ ਨੀਵੇਂ ਕਰਕੇ ਦੱਬਿਆ ਹੋਇਆ ਸੀ, ਦੀਵੇ ਅਸੀਂ ਉਸ ਦਿਨ ਜਗਾਉਂਦੇ ਹਾਂ, ਲੇਕਿਨ ਜਿਸ ਦਿਨ ਸਾਡੇ ਸਤਿਗੁਰੂ ਨੇ ਸਭ ਕੁਛ ਕਰਕੇ ਦਿਖਾਲਿਆ, ਉਸ ਦਿਨ ਨੂੰ ਸਾਨੂੰ ਦੀਵੇ ਜਗਾਉਣੇ ਚਾਹੀਦੇ ਆ। ਅਸਲ ਸਾਡਾ ਜਿਹੜਾ ਉਹ ਜਿਹੜਾ ਉਸਦਾ ਉਹ ਜਿਹੜਾ ਜਨਮ ਦਿਨ ਆ ਉਸ ਮਨਾਉਣ ਦਾ ਸਤਿਗੁਰੂ ਮਹਾਰਾਜ ਦਾ, ਉਹ ਅਸਲ ਮਕਸਦ ਸਾਡਾ ਇਹ ਆ। ਅਸੀਂ ਕਿਸੇ ਦੀਆਂ ਭਾਵਨਾ ਨਾਲ ਨਹੀਂ ਅਸੀਂ ਠੇਸ ਕਰਨ ਨਹੀਂ ਚਾਹੁੰਦੇ, ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਇਤਿਹਾਸ ਆ ਉਹ ਸਾਹਮਣੇ, ਸਾਡਾ ਇਤਿਹਾਸ ਜਿਹੜਾ ਸਾਡੇ ਮਹਾਂਪੁਰਸ਼ਾਂ ਦਾ, ਸਾਡੇ ਪੀਰਾਂ ਪੈਗੰਬਰਾਂ ਦਾ, ਸਾਡੇ ਜਿਹੜੇ ਜਿੰਨੇ ਵੀ ਸਾਡੇ ਬਜ਼ੁਰਗ ਹੋਏ ਆ, ਉਹਨਾਂ ਦੇ ਜਿਹੜੀਆਂ ਸਾਡੇ ਮਾਤਾ ਪਿਤਾ ਜਿਹੜੇ ਹੋਏ ਜਾਂ ਉਹਨਾਂ ਦਾ ਜਿਹੜਾ ਇਤਿਹਾਸ ਆ ਉਹ ਸਾਡੇ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਆ। ਅਤੇ ਜੇ ਉਹ ਇਤਿਹਾਸ ਲੁਕਿਆ ਰਹੇਗਾ ਤਾਂ ਅਸੀਂ ਉਸ ਤੋਂ ਵਾਂਝੇ ਰਵਾਂਗੇ, ਅਣਜਾਣ ਰਵਾਂਗੇ, ਕਿਉਂਕਿ ਅੱਜ ਜਿਹੜਾ ਇਤਿਹਾਸ ਸੀ ਜਿਹੜਾ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਸੀ, ਉਹਨਾਂ ਨੇ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਸਾਡੇ 'ਤੇ ਪੇਸ਼ ਕੀਤਾ, ਲੇਕਿਨ ਅਸੀਂ ਉਸ ਲਕੀਰ ਦੇ ਫਕੀਰ ਬਣ ਕੇ ਉਸ ਨੂੰ ਹੀ ਮੰਨਦੇ ਰਹੇ। ਅਤੇ ਹਾਂਜੀ ਚੌਹਾਨ ਜੀ, ਜਦ 'ਤੇ ਕੌਲ ਆਉਂਦੀ ਹੈ ਅਤੇ ਹਾਂਜੀ ਦੇਖੋ ਜੀ, ਉਹਨਾਂ ਮਹਾਂਪੁਰਸ਼ਾਂ ਨੇ ਇਹ ਦੱਸਿਆ ਵੀ ਜੀਣਾ ਝੂਠ ਅਤੇ ਮਰਨਾ ਸਾਸ ਜੀ, ਇਹ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਕਿ ਇਹ ਛਿੰਨ ਭੱਗਰ ਸਾਡਾ ਸਰੀਰ ਹੈ, ਇੱਕ ਸਾਂਸ ਹਰ ਪਲ ਹਰ ਕੇ ਜੀਵਨ ਸੇ ਘੱਟ ਜਾਤੀ ਹੈ, ਕੋਈ ਜੀ ਲੇਤਾ ਹੈ ਜ਼ਿੰਦਗੀ ਕਿਸੀ ਕੀ ਘੱਟ ਘੱਟ ਜਾਤੀ ਹੈ। ਅਸੀਂ ਇਹ ਦੇਖਣਾ ਹੈ ਉਹਨਾਂ ਮਹਾਂਪੁਰਸ਼ਾਂ ਦੀ ਜੋ ਕੋਈ ਸੀ, ਉਹਨਾਂ ਨੇ ਆਪਣੀਆਂ ਇੰਨੀਆਂ ਘਾਲਣਾ ਕਰ ਲਈਆਂ, ਇੰਨੇ ਉਹਨਾਂ ਨੇ ਸਾਨੂੰ ਮੈਸੇਜ ਦਿੱਤੇ, ਉਹਨਾਂ ਮੈਸੇਜ ਨੂੰ ਲਾ ਕੇ ਅਸੀਂ ਜੀ ਰਹੇ ਹਾਂ ਜਾਂ ਅਸੀਂ ਆਪਣੀ ਜ਼ਿੰਦਗੀ ਕੱਟ ਰਹੇ ਹਾਂ। ਅਸੀਂ ਕਈ ਵਾਰੀ ਪੁੱਛਦੇ ਹਾਂਜੀ ਮਾਤਾ ਜੀ ਕੀ ਹਾਲ ਆ, ਕਹਿੰਦੇ ਪੁੱਤ ਮੈਂ ਤਾਂ ਦਿਨ ਕੱਟ ਰਹੀ ਹਾਂ। ਇਹ ਇਸ ਕਰਕੇ ਉਹ ਆਪਣੇ ਟਾਈਮ ਪਾਸ ਕਰ ਰਹੀ ਆ। ਅਸੀਂ ਇੱਕ ਜੀਣਾ ਹੈ, ਇਹਦਾ ਇਹ ਜਿਹੜਾ ਜੀਆ ਜਾ ਸਕਦਾ ਪੈਸੇ ਦੇ ਨਾਲ ਨਹੀਂ ਜੀਆ ਜਾ ਸਕਦਾ। ਜੇ ਕਹੀਏ ਅਸੀਂ ਨਾ ਜਿਹੜੇ ਪੈਸੇ ਵਾਲੇ ਧਨਾ ਰਿਹਾ ਵੀ ਉਹ ਬਹੁਤ ਵਧੀਆ ਜ਼ਿੰਦਗੀ ਕੱਟ ਰਹੇ ਹਨ, ਬਿਲਕੁਲ ਗਲਤ ਹੈ। ਜਿੰਨਾ ਦੁੱਖ ਜਿੰਨੇ ਪੈਸੇ ਵਾਲੇ ਕੱਟਦੇ ਹਨ, ਕਿਉਂਕਿ ਉਹਨਾਂ ਨੂੰ ਹਰ ਵੇਲੇ ਇਹ ਲੱਗੀ ਰਹਿੰਦੀ ਹੈਗੀ ਵੀ ਮੈਂ ਕੱਲ੍ਹ ਨੂੰ ਮੇਰੇ ਆਹ ਦੁਕਾਨ ਖੋਲ੍ਹਣੀ ਹੈ, ਮੈਂ ਉਹਨੂੰ ਉਹ ਪਾਉਣਾ ਹੈ, ਮੈਂ ਉੱਥੇ ਕਾਰਪੋਰੇਟ ਪਾਉਣੀ ਹੈ, ਮੈਂ ਉੱਥੇ ਇਹ ਕਰਨਾ। ਹੈਲੋ ਜੈਗਦੇਵ ਜੀ। ਜੈ ਗੁਰਦੇਵ ਕਲੇਰ ਜੀ। ਹਾਂਜੀ ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਸਾਜਿਆ ਜੱਜ ਬੋਲ ਰਹੀ ਹਾਂ ਮੈਂ। ਓ ਹੈਲੋ ਜੀ, ਹਾਂਜੀ ਜੱਜ ਜੀ, ਹਾਂਜੀ ਸਾਜਿਆ ਜੀ ਕੀ ਕਹਿਣਾ ਚਾਹੁੰਦੇ? ਵਧਾਈਆਂ ਤੁਹਾਨੂੰ ਬਹੁਤ ਬਹੁਤ ਪਹਿਲਾਂ ਤਾਂ। ਥੈਂਕ ਯੂ ਸੋ ਮਚ ਰਮੇਸ਼ ਜੀ, ਤੁਸੀਂ ਮੇਰੇ ਬਰਥਡੇ ਨੂੰ ਸਪੈਸ਼ਲ ਬਣਾਤਾ ਐਕਚੁਅਲੀ। ਅੱਛਾ ਜੀ, ਥੈਂਕ ਯੂ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਟੀਵੀ ਤੇ ਸਾਰਿਆਂ ਦੇ ਅੱਜ ਤੁਸੀਂ ਜੇ ਪ੍ਰੋਗਰਾਮ ਚਾਹੇ ਦੋ ਲਾਈਨਾਂ ਸਤਿਗੁਰੂ ਦਾ ਮਹਾਰਾਜ ਦੀ ਮਹਿਮਾ ਦੇ ਵਿੱਚ ਜ਼ਰੂਰ ਸੁਣਾ ਕੇ ਜਾਓ। ਡੈਫੀਨੇਟਲੀ ਡੈਫੀਨੇਟਲੀ, ਹਾਂਜੀ ਮਾਈ ਪਲੇਜ਼ਰ। ਦੇਖੋ ਪਹਿਲਾਂ ਤਾਂ ਤੁਸੀਂ ਮੈਨੂੰ ਇੰਨਾ ਆਨਰ ਦਿੱਤਾ, ਮਾਣ ਦਿੱਤਾ ਉਹਦੇ ਲਈ ਜੀ, ਇਹਨਾਂ ਟੀਵੀ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਔਰ ਜੈ ਗੁਰਦੇਵ ਜੀ ਜਿੰਨੇ ਵੀ ਇਸ ਵੇਲੇ ਸੁਣ ਰਹੇ ਨੇ ਇਸ ਨਿਮਾਣੀ ਜੀ ਸਾਜਿਆ ਜੱਜ ਨੂੰ, ਔਰ ਕਿਉਂਕਿ ਜਿਸ ਤਰ੍ਹਾਂ ਕਿ ਹਰ ਸਾਲ ਆਪਾਂ ਵੀ
ਬਹੁਤ ਸਾਰੇ ਪ੍ਰੋਗਰਾਮ ਕਰੇ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਜੀ ਤੇ ਹੁਣ ਵੀ ਜਿੱਦਾਂ ਕਿ 19th ਆਫ ਫੈਬ ਨੂੰ ਹੈ ਉਹਦੀਆਂ ਪਹਿਲਾਂ ਹੀ ਤਿਆਰੀਆਂ ਚੱਲ ਰਹੀਆਂ ਨੇ ਬਹੁਤ ਸਾਰੇ ਪ੍ਰੋਗਰਾਮ ਬੁੱਕ ਹੋ ਚੁੱਕੇ ਨੇ ਔਰ ਬਹੁਤ ਅੱਛੇ ਅੱਛੇ ਭਜਨ ਅਸੀਂ ਹੁਣ ਫਿਰ ਲੈ ਕੇ ਆ ਰਹੇ ਹਾਂ ਤੇ ਮੈਂ ਵੀ ਚੰਦ ਕੁਲਾਈ ਨਾਲ ਉਹਨਾਂ ਦੀ ਚਰਨਾਂ ਚ ਹਾਜ਼ਰੀ ਲਵਾਂਗੀ ਜਿੱਥੇ ਸਾਡੇ ਗੁਰਾਂ ਨੇ ਸਾਨੂੰ ਸਿੱਧੇ ਰਸਤੇ ਪਾਇਆ ਜਾਤਾਂ ਪਾਤਾਂ ਝੂਠ ਪਖੰਡਾਂ ਤੋਂ ਸੇ ਮੁਕਤ ਕਰਾਇਆ ਚਰਣਾਂ ਦੀ ਉਸ ਧੂੜ ਨੂੰ ਮੱਥਾ ਟੇਕਣ ਜਾਣਾ ਟੇਕਣ ਜਾਣਾ ਮੈਂ ਲੰਡਨ ਤੋਂ ਆਏ ਕਾਂਸ਼ੀ ਦੇਖਣ ਜਾਣਾ ਮੈਂ ਲੰਡਨ ਤੋਂ ਆਏ ਕਾਂਸ਼ੀ ਦੇਖਣ ਜਾਣਾ ਕਿਉਂਕਿ ਕਾਂਸ਼ੀ ਦੀ ਅਗਰ ਗੱਲ ਕਰੀਏ ਨਾ ਤੇ ਬੜੇ ਕਰਮਾ ਭਾਗਾਂ ਵਾਲੇ ਹੁੰਦੇ ਨੇ ਸੱਚੀ ਗੱਲ ਜਾਣ ਦਾ ਮੌਕਾ ਮਿਲਦਾ ਸੀ ਔਰ ਮੇਰਾ ਵੀ ਬੜਾ ਇੱਕ ਰੂਹ ਹੈ ਮੇਰੀ ਵੀ ਬੜੀ ਇੱਛਾ ਕੋਈ ਨਹੀਂ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਜ਼ਰੂਰ ਲੈ ਕੇ ਚੱਲਾਂਗੇ ਤੁਹਾਨੂੰ ਮੈਂ ਵੀ ਹਾਜ਼ਰੀ ਉੱਥੇ ਡੈਫੀਨੇਟਲੀ ਦੇਣਾ ਚਾਹੂੰਗੀ ਕਿਉਂਕਿ ਕਾਂਸ਼ੀ ਸ਼ਹਿਰ ਦੀ ਕਣ ਕਣ ਵਿੱਚੋਂ ਮਹਿਕ ਗੁਰਾਂ ਦੀ ਆਵੇ ਜੀ ਭਾਗਾਂ ਵਾਲਾ ਹੋਵੇ ਜੋ ਚੁੱਕ ਮਿੱਟੀ ਮੱਥੇ ਨੂੰ ਲਾਵੇ ਜੀ ਲਾਹਾ ਲੈ ਲਓ ਮੌਕੇ ਦਾ ਜੇ ਜੀਵਨ ਸਫਲ ਬਣਾਉਣਾ ਕਿਉਂਕਿ ਗੁਰਪੁਰਬ ਆ ਰਿਹਾ ਜੀ ਗੁਰਪੁਰਬ ਗੁਰਾਂ ਦਾ ਜੀ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ ਚ ਆਪਣੇ ਜਿਹੜੀ ਹਾਜ਼ਰੀ ਲਵਾਈ ਆ ਤੇ ਇਸੇ ਤਰ੍ਹਾਂ ਤੁਹਾਡੀ ਆਵਾਜ਼ ਬੁਲੰਦ ਰਵੇ ਇਸੇ ਤਰ੍ਹਾਂ ਸਾਡੇ ਕੋਲ ਹੀਰੇ ਬੈਠੇ ਹਨ ਬਾਦਲ ਜੀ ਤਲਵਣ ਜੀ ਇਹਨਾਂ ਦੀ ਵੀ ਆਵਾਜ਼ ਬੁਲੰਦ ਰਵੇ ਕਿਉਂਕਿ ਜਿਹੜੇ ਕੌਮ ਦੇ ਵਿੱਚ ਕਲਾਕਾਰ ਹੁੰਦੇ ਹਨ ਜਾਂ ਜਿਹੜੇ ਰਾਈਟਰ ਹੁੰਦੇ ਹਨ ਇਹ ਕੌਮ ਦੀ ਜਾਨ ਹੁੰਦੇ ਹਨ ਇਹ ਕੌਮ ਨੂੰ ਉੱਚਾ ਲਿਜਾਣਾ ਜਾਂ ਨੀਵਾਂ ਲਿਜਾਣਾ ਇਹਨਾਂ ਨੇ ਜਿਸ ਤਰ੍ਹਾਂ ਕਿ ਪੁਰਾਣੇ ਜ਼ਮਾਨੇ ਢੱਡ ਸਾਨਗੀਆਂ ਵਾਲੇ ਇੱਦਾਂ 12 ਗਾ ਗਾ ਕੇ ਇੰਨਾ ਜੋਸ਼ ਭਰ ਦਿੰਦੇ ਸੀ ਕਿ ਉਹ ਲੋਕ ਆਪੇ ਉੱਠ ਕੇ ਖੜ੍ਹੇ ਹੋ ਜਾਂਦੇ ਸੀਗੇ ਇਸ ਤਰ੍ਹਾਂ ਇਹ ਜਿਹੜੇ ਕਲਾਕਾਰ ਹੁੰਦੇ ਹਨ ਸਾਡਾ ਵੀ ਫਰਜ਼ ਬਣਦਾ ਹੈ ਇਹਨਾਂ ਕਲਾਕਾਰਾਂ ਦਾ ਮਾਣ ਸਨਮਾਨ ਕਰਨਾ ਰਾਹੇ ਬਗਾਹੇ ਜਿੱਥੇ ਵੀ ਇਹ ਕਿਤੇ ਆਉਂਦੇ ਜਾਂਦੇ ਆ ਇਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਇਹਨਾਂ ਨੂੰ ਪਿਆਰ ਵੰਡਣਾ ਪਿਆਰ ਇਹਨਾਂ ਤੋਂ ਲੈਣਾ ਆ ਅਤੇ ਹਾਂਜੀ ਚੋ ਹਾਂਜੀ ਦੇਖੋ ਜੀ ਤੁਸੀਂ ਬਾਦਲ ਬਾਰੇ ਮੈਂ ਵੀ ਇੱਕ ਗੱਲ ਕਹਿਣਾ ਚਾਹੁੰਦਾ ਬਾਦਲ ਇੱਕ ਬਹੁਤ ਵਧੀਆ ਕਲਾਕਾਰ ਇੱਕ ਜੇ ਹਿਸਾਬ ਨਾਲ ਅਸੀਂ ਸਾਹਮਣੇ ਇੱਕ ਪੇਸ਼ ਆਉਣਾ ਚਾਹੀਦਾ ਪੇਸ਼ ਨਹੀਂ ਆਇਆ ਤੁਹਾਨੂੰ ਇੱਕ ਚੇਤਾ ਕਰਾ ਜਿਹਦਾ ਵੀ ਪ੍ਰੋਗਰਾਮ ਭਾਵੇਂ ਧਾਰਮਿਕ ਚੱਲਦਾ ਹਾਂਜੀ ਤੁਹਾਨੂੰ ਮੇਰਾ ਗੱਲ ਬਈ ਸੋਰੀ ਹੈਲੋ ਜੈਗਦੇਵ ਜੀ ਹੈਲੋ ਹੈਲੋ ਜੈਗੁਰਦੇਵ ਸਰ ਜੀ ਹਾਂਜੀ ਭੈਣ ਜੀ ਸਰਬਜੀਤ ਜੀ ਹਾਂਜੀ ਹਾਂਜੀ ਤੁਹਾਨੂੰ ਜੈ ਗੁਰਦੇਵ ਤੇ ਨਾਲੇ ਅਸੀਂ ਚੌਹਾਨ ਜੀ ਉਹਨਾਂ ਨੂੰ ਵੀ ਜੈ ਗੁਰਦੇਵ ਵੈਲਕਮ ਬੈਕ ਕਹਿੰਦੇ ਆ ਧੰਨਵਾਦ ਬੜੀ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਆਏ ਆ ਹਾਂਜੀ ਆਪਣੀ ਹਾਜ਼ਰੀ ਲਵਾਈ ਆ ਤੇ ਸਾਡੇ ਭੈਣ ਜੀ ਸ਼ਾਹ ਆਏ ਸੀ ਅਸੀਂ ਉਹਨਾਂ ਨੂੰ ਜਨਮ ਦਿਨ ਮੁਬਾਰਕ ਕਹਿੰਦੇ ਅਸੀਂ ਇਟਲੀ ਦੇ ਵਿੱਚ ਉਹਨਾਂ ਦੇ ਦਰਸ਼ਨ ਕਰ ਚੁੱਕੇ ਆ ਉਹਨਾਂ ਨੂੰ ਮਿਲ ਚੁੱਕੇ ਆ ਬਹੁਤ ਸੋਹਣੇ ਵਿਚਾਰ ਆ ਤੁਸੀਂ ਅੱਜ ਦਾ ਟੋਪਿਕ ਬਹੁਤ ਵਧੀਆ ਰੱਖਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਗਤ ਪਿਤਾ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਗੁਰਪੁਰਬ ਤੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆ ਜਿੱਦਾਂ ਪਹਿਲਾਂ ਚੌਹਾਨ ਜੀ ਉਹਨਾਂ ਨੇ ਵੀ ਕਿਹਾ ਕਹਿੰਦੇ ਹੁੰਦੇ ਮਾੜੀ ਸੋਚ ਤੇ ਜਿਹੜੀ ਪੈਰ ਦੀ ਮੋਚ ਆ ਬੰਦੇ ਨੂੰ ਅਗਰ ਨੀ ਵਧਣ ਦਿੰਦੇ ਆਪਾਂ ਨੂੰ ਆਪਣੇ ਜੀਵਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਨੂੰ ਲੈ ਕੇ ਚੱਲਣਾ ਚਾਹੀਦਾ ਉੱਤੇ ਅਸਰ ਕਰਨਾ ਚਾਹੀਦਾ ਆ ਸਿਰਫ ਇਹ ਨੀ ਵੀ ਜਦੋਂ ਗੁਰਪੁਰਬ ਆ ਗਿਆ ਤੇ ਇੱਕ ਮਹੀਨਾ ਆਪਾਂ ਜ਼ੋਰ ਸ਼ੋਰ ਨਾਲ ਤੇ ਮੁੜ ਕੇ ਸਾਰਾ ਸਾਲ ਚੁੱਪ ਬੈਠ ਜਾਈਏ ਸਾਰਾ ਸਾਲ ਹੀ ਉਹਨਾਂ ਦਾ ਗੁਣਗਾਨ ਕਰਦੇ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਆ ਜੈਗਦੇਵ ਭਾਜੀ ਜੈਗਦੇਵ ਧੰਨਗਦੇਵ ਇਹ ਤੁਹਾਡੀ ਗੱਲ ਸੱਚੀ ਆ ਕਿ ਅਸੀਂ ਦੋ ਦਿਨ ਉਹਨਾਂ ਦੇ ਬਾਹਾਂ ਚੁੱਕ ਕੇ ਜਕਾਰੇ ਲਾਉਣਾ ਨਹੀਂ ਸਾਡਾ ਜਿਹੜਾ ਮਿਸ਼ਨ ਆ ਪੂਰਾ ਹੋਣਾ ਇਹਦੇ ਵਿੱਚ ਸਾਨੂੰ ਆਪ ਨੂੰ ਇਹਦੇ ਵਿੱਚ ਵੜਨਾ ਪੈਣਾ ਇਸ ਮਿਸ਼ਨ ਦੇ ਵਿੱਚ ਅਤੇ ਉਹ ਸਤਿਗੁਰੂ ਦਾਸ ਮਹਾਰਾਜ ਜਿਹੜਾ ਮਿਸ਼ਨ ਆ ਬਹੁਤ ਵਿਸ਼ਾਲ ਮਿਸ਼ਨ ਆ ਇਸ ਦੇ ਵਿੱਚ ਜਿਹੜਾ ਵੀ ਬੰਦਾ ਵੜ ਜਾਂਦਾ ਇਸ ਨੂੰ ਜਿਹੜਾ ਮੰਨ ਲੈਂਦਾ ਆ ਹੈਲੋ ਜੈਗਦੇਵ ਜੀ ਹੈਲੋ ਜਰੂਰ ਜਰੂਰ ਆ ਜਾਓ ਕਿੱਥੋਂ ਬੋਲ ਰਹੇ ਪਹਿਲਾਂ ਇਹ ਦੱਸੋ ਸਾਊਥ ਹਾਲ ਤੋਂ ਜਾਂ ਕਿੱਥੋਂ ਹੋਰ ਨਹੀਂ ਜੀ ਮੈਂ ਬੋਲਦਾ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਵਾਓ ਵੈਰੀ ਗੁੱਡ ਆ ਜਾਓ ਜੀ ਨਿਊਜ਼ੀਲੈਂਡ ਵਾਲਿਓ ਆਓ ਹਾਂਜੀ ਤੇ ਅਜੇ ਇਜਾਜ਼ਤ ਹੋਵੇ ਤਾਂ ਦੋ ਲੈਣਾ ਸੀ ਹਾਂਜੀ 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 ਬਾਦਲ ਸਾਹਿਬ ਕੋ ਹਰਮੋਨੀਅਮ ਇਹਨਾਂ ਦਾ ਜਿਹੜਾ ਮਾੜਾ ਜਿਹਾ ਮਿਊਜ਼ਿਕ ਤਾਂ ਦਿਓ ਹਾਂਜੀ ਵਜਾ ਦਿਓ ਚਲੋ ਵਜਾ ਦਿਓ ਜੀ ਚਲੋ ਹਾਂਜੀ ਹਾਂਜੀ ਸਾਰੀ ਦੁਨੀਆ ਦੇਖ ਲਈ ਮੇਰੇ ਸਤਿਗੁਰ ਤੇਰਾ ਤੋੜ ਨਹੀਂ ਸਾਰੀ ਦੁਨੀਆ ਦੇਖ ਲਈ ਮੇਰੇ ਸਤਿਗੁਰ ਤੇਰਾ ਤੋੜ ਨਹੀਂ
मेरा तू ही है रविदास गुरु, बस तू ही है कोई होर नहीं। सारी दुनिया देख ली मेरे सतगुर तेरा तोड़ नहीं। बहुत बढ़िया जी, धन्यवाद जी वीर जी ढिलो जी, बहुत बहुत है। तो इस तरह है ना वीरवार शाम को प्रोग्राम जरा इस टाइम पर होंगे, जरूर हाजिरी लाया करो। यूट्यूब पर भी अपना चलता है आजाद टीवी 7 to 6 भी, तो फेसबुक पर भी ये प्रोग्राम 9 बजे तो पै जाने। तो धन्यवाद थोड़ा वीर जी, बहुत बहुत देखो न्यूजीलैंड तिकर जी साड़ी अपनी आवाज़ पहुँच रही है, और सतगुरु दास महाराज के पैरोकार देखो दुनिया के कोने कोने के अपने सतगुरु उन्हें याद करने अपनी उन्हें हाजिरी लवाई आ। ते चो हां जी, मैं तुहाडे वल आउणा जद ते कॉल आउंदी फिर विचे रह जांदी गल। चलो हां जी, मैं देखिए बादल साहब दा जी मैं दस रहा हां जी। हां जी, ए कईआं मेरे भैणा भरावां नूं बादल साहब दा पता नहीं, बादल साहब दा इक गीत बहुत ही वधिया आया सी, कंधा उच्चिया करा दित्तियां, अग्गे नहीं मैं कहणा ओह गीत किन्ना पापुलर होया सी। मापे तरसदे की सीगा जी, ओह लाइन की आ, राज जी इटली तो। हां जी, की कहना चाहते राज जी? हां जी भाजी, थोड़ा प्रोग्राम बहुत वधिया चल रहा है, धन्यवाद जी। हां जी, हां जी, थानू बहुत बहुत मुबारक जी, नवा प्रोग्राम शुरू किया तुसी, थानू भी जी बहुत बधाई। हां जी, की कहना चाहते हो? जिस भी वीर भरा दे कोल जां भैण दे कोल कोई भी गीत हैगा आ जिहड़ा सतगुरु दास महाराज दे महिमा दे विच है, ਉਹ ਤੁਸੀਂ ਮੈਨੂੰ ਹਰੇਕ ਹਫ਼ਤੇ 2 ਗੀਤ ਭੇਜ ਸਕਦੇ ਆ, ਕਿਉਂ ਇੱਕ ਗੀਤ ਸਟਾਰਟਿੰਗ ਅਤੇ ਇੱਕ ਗੀਤ ਅਸੀਂ ਐਂਡ 'ਤੇ ਲਾਇਆ ਕਰਨਾ ਅਗਲੇ ਹਫ਼ਤੇ ਤੋਂ, ਤਾਂ ਕਿ ਜਿਹੜੇ ਕਲਾਕਾਰਾਂ ਨੂੰ ਵੀ ਅਸੀਂ ਪ੍ਰਮੋਟ ਕਰਨਾ ਆ ਕਿ ਉਹ ਆਪਣੇ ਗੀਤ ਗਾ ਕੇ, ਅਤੇ ਇਹ ਨਾ ਹੋਵੇ ਉਹਨਾਂ ਦੇ ਜਿਹੜੇ ਆ ਕਵਰ ਦੇ ਵਿੱਚ ਪੈ ਰਹਿ ਜਾਣ ਵਿਚਾਰੇ, ਅਸੀਂ ਉਹਨਾਂ ਨੂੰ ਵੀ ਬਾਹਰ ਲੈ ਪ੍ਰਮੋਟ ਕਰਨਾ। ਹਾਂਜੀ, ਪ੍ਰਮੋਟ ਕਰਾਂਗੇ ਤੁਹਾਨੂੰ। ਧੰਨਵਾਦ ਤੁਹਾਡਾ ਰਾਜ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਰਾਜ ਜੀ ਜਿਹੜੇ ਕਿ ਬੜੇ ਵਧੀਆ ਰਾਈਟਰ ਵੀ ਹਨ, ਅਤੇ ਇਹਨਾਂ ਦੇ ਮਿਸੇ ਜਿਹੜੇ ਗੀਤ ਵੀ ਗਾਉਂਦੇ ਹਨ, ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਦੇ ਅੱਗੇ ਪਹਿਲਾਂ ਤੋਂ ਵੀ ਉਹ ਸਾਥ ਦਿੰਦੇ ਆ, ਅੱਗੇ ਤੋਂ ਵੀ ਸਾਥ ਦੇਣ ਦਾ ਉਹਨੇ ਵਾਅਦਾ ਕੀਤਾ ਹੈ। ਧੰਨਵਾਦ ਰਾਜ ਜੀ ਤੁਹਾਡਾ, ਅਤੇ ਇਸੇ ਤਰ੍ਹਾਂ ਸਤਿਗੁਰੂ ਦਾਸ ਮਹਾਰਾਜ ਤੁਹਾਡੇ 'ਤੇ ਮਿਹਰ ਭਰੇ ਹੱਥ ਰੱਖਣ ਅਤੇ ਖੁਸ਼ੀਆਂ ਬਣਦੇ ਰਹਿਣ ਅਤੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਖਸ਼ਦੀ ਰਹੇ। ਅਤੇ ਅਸੀਂ ਬਾਦਲ ਦੀ ਗੱਲ ਚੱਲ ਰਹੀ ਸੀ, ਬਾਦਲ ਜੀ ਲੁਕੇ ਹੋਏ ਸੀਗੇ, ਲੇਕਿਨ ਅਸੀਂ ਇਹਨਾਂ ਨੂੰ ਲੁਕੇ ਹੋਏ ਨਹੀਂ ਰਹਿਣ ਦੇਣਾ, ਹੁਣ ਤੁਸੀਂ ਜਦ ਕਰ ਲਓ ਫਿਰ ਕਾਲ ਫੇ ਆ ਜਾਣੀ, ਨਹੀਂ ਤਾਂ ਫਿਰ। ਹਾਂਜੀ, ਅਸੀਂ ਇਹੀ ਰਿਕੁਐਸਟ ਕਰਦੇ ਬਾਦਲ ਜੀ ਨੂੰ, ਗਾਏ ਬਗਾਏ ਜਦੋਂ ਵੀ ਟਾਈਮ ਲੱਗਦਾ, ਇਹ ਜ਼ਿੰਦਗੀ ਬਹੁਤ ਹੈਗੀ ਆ, ਛੋਟੀ ਆ, ਛੋਟੀ ਆ, ਉਹ ਜ਼ਿੰਦਗੀ ਦੇ ਵਿੱਚ ਕੰਮ ਧੰਦੇ ਵੀ ਬਹੁਤ ਹਨ, ਪਰ ਉਹਨਾਂ ਤੋਂ ਅਸੀਂ ਨਿਵੇਪਰੇ ਹੋ ਕੇ ਜੀ ਭੈਣਾਂ ਭਰਾਵਾਂ ਦੇ ਨਾਲ ਆਪਣੇ ਸਿਹਰੇ ਕਰਨੇ, ਤੁਹਾਡੇ ਵਰਗੇ ਸੱਜਣ ਜਿਹੜਾ ਕਿ ਦੇਖੋ ਸਾਰੇ ਜਾਣਦੇ ਹਨ, ਤਾਂ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਇੱਕ ਮੈਸੇਜ ਦੇ ਸਕੀਏ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ। ਇੱਕ ਸ਼੍ਰੀ ਰਵਿਦਾਸ ਮਹਾਰਾਜ ਤੋਂ ਨਾਲ ਨਾਲ ਅਸੀਂ ਬਾਕੀ ਜਿਹੜੇ ਸਾਡੇ ਉਹਨਾਂ ਨੇ ਮਹਾਂਪੁਰਸ਼ ਹੋਏ ਆ ਜਿਹਨਾਂ ਨੇ ਇੱਕ ਮੈਸੇਜ ਦਿੱਤਾ, ਅਸੀਂ ਇਹ ਸਾਰਿਆਂ ਦੀ ਇੱਕ ਸਾਂਝੀ ਆਵਾਜ਼ ਆ, ਸਾਰਿਆਂ ਦਾ ਇੱਕ ਵਧੀਆ ਮੈਸੇਜ ਆ। ਇਹ ਨਾ ਕਹੋ ਅਸੀਂ ਇੱਕ ਗੁਰੂ ਰਵਿਦਾਸ ਮਹਾਰਾਜ ਦਾ ਮੈਸੇਜ ਦੇ ਰਹੇ, ਸਾਰੇ ਸਾਡੇ ਜਿੰਨੇ ਵੀ ਮਹਾਂਪੁਰਸ਼ ਹੋਏ ਸਾਰੇ, ਅਸੀਂ ਸਾਰਿਆਂ ਦੀ ਬਾਣੀ ਨੂੰ ਲੱਗ ਕੇ ਸਾਰਿਆਂ ਦਾ ਮੈਸੇਜ ਲੈ ਕੇ ਅੱਗੇ ਜਾ ਸਾਰੇ ਜਗਤ ਲਈ ਅਸੀਂ ਇੱਕ ਅਰਦਾਸ ਕਰਦੇ ਹਾਂ ਕਿ ਸਾਰੇ ਦੁਨੀਆਂ ਨੂੰ ਸੁੱਖ ਦੇ, ਸਾਰੇ ਦੁਨੀਆਂ ਦੇ ਜਿਹੜੇ ਕਿ ਤੰਗੀਆਂ ਪੰਗੀਆਂ ਸਾਰੀਆਂ ਦੂਰ ਹੋਣ। ਮੇਰਾ ਕਾਲ ਫਿਰ ਆ ਗਈ। ਹੈਲੋ ਜਗਦੇਵ ਜੀ। ਜੈ ਗੁਰਦੇਵ, ਕਲੇਰ ਸਾਹਿਬ ਜੀ, ਹਾਂਜੀ, ਚੌਹਾਨ ਸਾਹਿਬ ਜੀ ਨੂੰ ਵੀ ਜੈ ਗੁਰਦੇਵ ਜੀ, ਬਾਦਲ ਵੀਰ ਜੀ ਨੂੰ ਵੀ ਬਹੁਤ ਜੈ ਗੁਰਦੇਵ ਜੀ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਵਿਜੇ ਬੋਲ ਰਿਹਾ ਜੀ, ਇਟਲੀ ਤੋਂ। ਹਾਂਜੀ ਵਿਜੇ ਜੀ, ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਤਿਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਆ ਰਿਹਾ, ਸਾਰੇ ਸੰਸਾਰ ਨੂੰ ਵਧਾਈਆਂ ਜੀ। ਸਾਡੇ ਵਾਸਤੇ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਹਰ ਰੋਜ਼ ਹੀ ਗੁਰਪੁਰ ਆ ਜੀ। ਜੀ ਬਿਲਕੁਲ, ਸਾਡੇ ਤੇ ਇੰਨੀ ਸਤਿਗੁਰ ਦੀ ਕਿਰਪਾ, ਉਹਨਾਂ ਦੀ ਕੁਰਬਾਨੀ ਸਾਨੂੰ ਯਾਦ ਰਹਿੰਦੀ ਹਰ ਟਾਈਮ ਜੀ, ਤੇ ਬਾਬਾ ਸਾਹਿਬ ਅੰਬੇਡਕਰ ਦੀ ਕੁਰਬਾਨੀ ਸਾਨੂੰ ਹਮੇਸ਼ਾ ਯਾਦ ਆ। ਸਾਡੇ ਲਈ ਤਾਂ ਹਰ ਰੋਜ਼ ਉਹਨਾਂ ਦਾ ਜਨਮ ਦਿਨ ਹੈ ਜੀ। ਜੀ, ਤੇ ਜੇ ਸਰ ਅਸੀਂ ਯਾਦ ਰੱਖਾਂਗੇ ਉਹਨਾਂ ਨੂੰ ਹਰ ਰੋਜ਼, ਤਾਂ ਫੇਰ ਅਸੀਂ ਜੀ ਫੇਰ ਅਸੀਂ ਜਿੱਦਾਂ ਉਹਨਾਂ ਦੇ ਉਪਦੇਸ਼ਾਂ ਦੇ ਮੁਤਾਬਕ ਬੇਗਮਪੁਰਾ ਵਿਛਾ ਸਕਦੇ ਹਾਂ, ਜਾਂ ਦਿੱਲੀ ਦੇ ਤਖਤਵਾਨ ਨੂੰ ਬਾਬਾ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਉੱਥੇ ਜਾਓ, ਪਰ ਜੇ ਉੱਥੇ ਜਾ ਕੇ ਵੀ ਸਾਡੇ ਲੋਕ ਉਹਨਾਂ ਦੇ ਪੈਰਾਂ ਵਿੱਚ ਬੈਠ ਜਾਂਦੇ ਆ, ਤੇ ਫੇਰ ਉਹਨਾਂ ਦੇ ਕੰਨਾਂ ਨੂੰ ਫੜ ਕੇ ਉਹ ਖਿੱਚਦੇ ਆ ਜੀ, ਜਿਹਨਾਂ ਦੇ ਪੈਰਾਂ ਚ ਬੈਠਦੇ ਆ ਨਾ ਜਾ ਕੇ, ਤੇ ਉਹਨਾਂ ਦੇ ਕੰਨਾਂ ਨੂੰ ਫੜ ਕੇ ਖਿੱਚਦੇ ਆ, ਦੇਖੋ ਉਹਨੇ ਕੱਲ ਕਰਾ ਲਿਆ ਕੰਮ ਆਪਣਾ। 133 ਜਿਹੜੇ ਸਾਡੇ ਬੰਦੇ ਸੀਗੇ, 50% ਉਹਨਾਂ ਕੋਲ ਜੀ ਅੱਗੇ ਰਿਜ਼ਰਵੇਸ਼ਨ ਆ, ਪਹਿਲਾਂ ਟਾਈਮ ਮਿਨਿਸਟਰ ਉਹਨਾਂ ਦਾ ਬਣਦਾ ਆ ਰਿਹਾ।
ਜੀ ਪਤਾ ਕੀ ਰਿਜ਼ਰਵੇਸ਼ਨ ਕਰਤਾ ਰਿਆ ਨੂੰ ਸੀਟਾਂ ਕਰਤੀਆਂ ਸਰਪੰਚ ਦੀਆਂ ਐਮਐਲਏ ਦੀ ਸੀਟ ਰਿਜ਼ਰਵ ਆ ਐਮਪੀ ਦੀ ਰਿਜ਼ਰਵ ਆ ਪ੍ਰਾਈਮ ਮਿਨਿਸਟਰ ਦੀ ਤਾਂ ਸੀਐਮ ਦੀ ਕਿਉਂ ਨਹੀਂ ਰਿਜ਼ਰਵ ਕਰ ਰਹੇ ਜੀ ਵਿਜੇ ਜੀ ਆਪਾਂ ਦੇਖੋ ਨਾ ਅੱਜ ਆਪਾਂ ਤੁਹਾਡੀ ਜਿਹੜੀ ਗੱਲ ਆ ਜਿਹੜਾ ਤੁਹਾਡੇ ਅੰਦਰ ਦੁੱਖ ਆ ਉਹ ਸਾਡੇ ਅੰਦਰ ਵੀ ਉਹੀ ਦੁੱਖ ਆ ਲੇਕਿਨ ਜਿਹੜੇ ਸਾਡੇ ਲੀਡਰ ਜਾਂ ਅਸੀਂ ਲੀਡਰਾਂ ਨੂੰ ਮੈਂ ਕਈ ਵਾਰੀ ਆਪਾਂ ਲੀਡਰਾਂ ਨੂੰ ਮਾੜਾ ਕਹਿੰਦੇ ਆ ਲੇਕਿਨ ਅਸੀਂ ਆਪ ਮਾੜੇ ਆ ਜਿਹੜੇ ਵੋਟਾਂ ਪਾਉਂਦੇ ਆ ਪ੍ਰੋਗਰਾਮ ਅਗਲੀ ਵੀਕ ਜਿਹੜਾ ਇੱਕ ਵੀਕ ਛੱਡ ਕੇ ਇਹਨਾਂ ਦਾ ਵੀ ਸਪੋਂਸਰ ਆ ਇਹਨਾਂ ਨੇ ਵੀ ਕੀਤਾ ਆ ਹੈਲੋ ਜੈਗਦੇਵ ਜੀ ਹੈਲੋ ਜੈਗਦੇਵ ਜੀ ਹਾਂਜੀ ਕਿੱਥੋਂ ਬੋਲਦੇ ਜੀ ਇੱਕ ਪੱਥਰੀ ਤੇ ਇੱਕ ਤੇਰੀ ਯਾਰ ਸਾਨੂੰ ਦੋਹਾਂ ਨਾਲ ਹੋ ਗਿਆ ਪਿਆਰ ਉਹ ਕੰਛੀ ਵਾਲੜਿਆ ਕਾਂਛੀ ਵਾਲੜਿਆ ਤੂੰ ਹੀ ਤੇ ਹੰਕਾਰ ਦਾ ਸੀ ਤੂੰ ਹੀ ਬੋਝ ਮਾਇਆ ਮੁੱਲ ਡੋਬ ਦਿੱਤੇ ਅਤੇ ਪੱਥਰਾਂ ਨੂੰ ਤੋੜਿਆ ਉੱਚਾ ਵੇਖਦਾ ਤੇਰਾ ਦਰਬਾਰ ਉੱਚਾ ਵੇਖਦਾ ਤੇਰਾ ਦਰਬਾਰ ਉਹ ਕਾਂਛੀ ਵਾਲੜਿਆ ਉਹ ਕਾਂਛੀ ਵਾਲੜਿਆ ਇੱਕ ਪੱਥਰੀ ਤੇ ਇੱਕ ਤੇਰੀ ਯਾਰ ਉਹ ਸਾਨੂੰ ਦੋਹਾਂ ਨਾਲ ਹੋ ਗਿਆ ਪਿਆਰ ਉਹ ਕਾਂਛੀ ਵਾਲੜਿਆ ਧੰਨਵਾਦ ਜੀ ਭੈਣ ਜੀ ਤੁਹਾਡਾ ਧੰਨਵਾਦ ਬਹੁਤ ਔਰ ਭੈਣ ਜੀ ਦੇਖੋ ਤੁਹਾਡੀ ਆਵਾਜ਼ ਕਿੰਨੀ ਪਿਆਰੀ ਔਰ ਤੁਹਾਡਾ ਜਿਹੜਾ ਸ਼ਬਦ ਆ ਉਹਦੇ ਵਿੱਚ ਕਿੰਨੀ ਗੱਲ ਆ ਡੂੰਘਾਈ ਆ ਤੇ ਤੁਸੀਂ ਟੀਵੀ ਤੇ ਹਰ ਵੀਰਵਾਰ ਮੈਂ ਪ੍ਰੋਗਰਾਮ ਕਰਦਾ ਜ਼ਰੂਰ ਆ ਕੇ ਦੋ ਚਾਰ ਲਾਈਨਾਂ ਜੋ ਵੀ ਤੁਹਾਡੇ ਦਿਲ ਦੇ ਅੰਦਰ ਜਜ਼ਬਾਤ ਹਨ ਜਾਂ ਤੁਹਾਡੇ ਅੰਦਰ ਕੋਈ ਕਲਾ ਹੈ ਉਹਨੂੰ ਜ਼ਰੂਰ ਬਾਹਰ ਲਿਆਵੋ ਧੰਨਵਾਦ ਭੈਣ ਜੀ ਮੈਂ ਆਪਣੀ ਗੱਲ ਨਹੀਂ ਕਰਦੀ ਮੈਂ ਸਾਰਿਆਂ ਦੀ ਗੱਲ ਕਰਦੀ ਹਾਂਜੀ ਜਿਨ੍ਹਾਂ ਦੇ ਅੰਦਰ ਵੀ ਕੋਈ ਵੀ ਸੰਗੀਤ ਜਾਂ ਕੋਈ ਵੀ ਹਾਂਜੀ ਜ਼ਰੂਰ ਪੇਸ਼ ਕਰਨਾ ਚਾਹੀਦਾ ਤੇ ਤੁਸੀਂ ਅੰਦਰ ਸਟੂਡੀਓ 'ਚ ਆਪਣਾ ਨੰਬਰ ਜ਼ਰੂਰ ਛੱਡਿਓ ਪਲੀਜ਼ ਤੇ ਤਾਂ ਕਿ ਅਸੀਂ ਤੁਹਾਨੂੰ ਅੱਗੇ ਤੋਂ ਵੀ ਲਿੰਕ ਕਰ ਗੱਲਬਾਤ ਕਰ ਸਕੀਏ ਤੁਹਾਡੇ ਨਾਲ ਧੰਨਵਾਦ ਭੈਣ ਜੀ ਬਹੁਤ ਬਹੁਤ ਇਹ ਸਨ ਭੈਣ ਜੀ ਸਾਡੇ ਰਜਿੰਦਰ ਜੀ ਲੈਸਟਰ ਤੋਂ ਜਿਹੜੇ ਦੇਖੋ ਸਾਡੇ ਕੋਲ ਕਲਾਕਾਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਬਾਦਲ ਜੀ ਦੀ ਗੱਲ ਚੱਲਦੀ ਸੀਗੀ ਕਿ ਤਲਮਨ ਜੀ ਲੁਕੇ ਰਹੇ ਆ ਲੇਕਿਨ ਲੁਕੇ ਦਾ ਮਤਲਬ ਇਹ ਨਹੀਂ ਸੀ ਕੰਮਾਂ ਕਾਰਾਂ ਦੇ ਵਿੱਚ ਵੀ ਬੜਾ ਇਨਸਾਨ ਬਿਜ਼ੀ ਰਹਿੰਦਾ ਹੈ ਕਿਉਂ ਕੰਮ ਕਾਰ ਜ਼ਰੂਰੀ ਇਸ ਧਰਤੀ ਦੇ ਉੱਤੇ ਹਨ ਕਿਉਂ ਕਈ ਵਾਰੀ ਇੱਕ ਵਾਰੀ ਕਹਿੰਦੇ ਬੁੱਧ ਨੂੰ ਕਿਸੇ ਨੇ ਪੁੱਛਿਆ ਬਈ ਬੰਦਾ ਇਨਸਾਨ ਨੂੰ ਜਿਹੜਾ ਬਈ ਵਹਿਮ ਕਿਹੜੀ ਚੀਜ਼ ਦਾ ਆ ਕਹਿੰਦਾ ਇਨਸਾਨ ਨੂੰ ਇੱਕ ਵਹਿਮ ਬਹੁਤ ਵੱਡਾ ਆ ਉਹ ਕਹਿੰਦਾ ਮੇਰੇ ਕੋਲ ਵਕਤ ਬਹੁਤ ਆ ਲੇਕਿਨ ਉਹ ਇੱਦਾਂ ਚੁਟਕੀ ਮਾਰਦਾ ਵਕਤ ਖੋ ਕੇ ਲੈ ਜਾਂਦਾ ਉਹ ਸਾਰਾ ਕੁਛ ਲੈ ਜਾਂਦਾ ਆ ਇਹ ਬੰਦਾ ਆਪਣੇ ਇਹ ਸੋਚਦਾ ਰਹਿੰਦਾ ਮੇਰੇ ਕੋਲ ਟਾਈਮ ਬਹੁਤ ਹੈ ਮੇਰੇ ਕੋਲ ਟਾਈਮ ਹੈ ਲੇਕਿਨ ਜਿਹੜਾ ਅੱਜ ਦਾ ਟਾਈਮ ਆ ਇਹਨੂੰ ਖੁਸ਼ ਹੋ ਕੇ ਬਿਤਾਓ ਆਪਣਾ ਰਲ ਮਿਲ ਕੇ ਬਿਤਾਓ ਅਤੇ ਤਾਂ ਕਿ ਜਿਹੜਾ ਸੰਸਾਰ ਦੇ ਵਿੱਚ ਤੁਹਾਡੀ ਜਿਹੜੀ ਆ ਨਾਮ ਆ ਜਾਂ ਗੱਲਬਾਤ ਕੀਤੀ ਆ ਕੋਈ ਗੱਲ ਅੱਗੇ ਕਰ ਸਕੇ ਅਤੇ ਚੌਹਾਨ ਜੀ ਮੈਂ ਤੁਹਾਡੇ ਵੱਲ ਆਵਾਂ ਹੁਣ ਫਿਰ ਕਿ ਕੋਲ ਆਉਣੀ ਹੈ ਚਲੋ ਆ ਜਾਓ ਅਸੀਂ ਹੁਣ ਜੇ ਇੱਕ ਕੋਲ ਲਵਾਂਗੇ ਫਿਰ ਬਾਦਲ ਜੀ ਦਾ ਇੱਕ ਗੀਤ ਸੁਣਨਾ ਅਸੀਂ ਅਤੇ ਆਪਣੇ ਮੈਂ ਜੋਧਾ ਜੀ ਨੂੰ ਕਹੂੰਗਾ ਜੋਧਾ ਜੀ ਇੱਕ ਜਿਹੜੀ ਕੋਲ ਹੋਈ ਇੱਕੋ ਲਵਾਂਗੇ ਆਪਾਂ ਹਾਂਜੀ ਕੋਈ ਜਿਸ ਤਰ੍ਹਾਂ ਅਸੀਂ ਇਹ ਚੱਲ ਰਹੇ ਸੀ ਆਪਣੇ ਮਹਾਂਪੁਰਸ਼ਾਂ ਦੀ ਮਹਾਂਪੁਰਸ਼ਾਂ ਨੇ ਇੱਕ ਸਾਨੂੰ ਪੈਗਾਮ ਸਾਰਿਆਂ ਨੂੰ ਇਕੱਠੇ ਹੋਣ ਦਾ ਦਿੱਤਾ ਉਹਦੇ ਨਾਲ ਨਾਲ ਜਿਸ ਤਰ੍ਹਾਂ ਆਪਣੇ ਭੈਣ ਜੀ ਨੇ ਵੀ ਕਿਹਾ ਸੀਗਾ ਬਾਬਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਬਾਬਾ ਨੇ ਸਾਹਿਬ ਨੇ ਕਿਹਾ ਵੀ ਮੈਨੂੰ ਤੁਹਾਨੂੰ ਇੱਕ ਐਸਾ ਹਥਿਆਰ ਦੇ ਰਿਹਾ ਇਹ ਹਥਿਆਰ ਵਰਤ ਕੇ ਤੁਸੀਂ ਆਪਣੀ ਜਿੱਤ ਪ੍ਰਾਪਤ ਕਰ ਸਕਦੇ ਉਹ ਹਥਿਆਰ ਕਿਹੜਾ ਸੀ ਉਹ ਇੱਕ ਵੋਟ ਦਾ ਹਥਿਆਰ ਸੀ ਅਸੀਂ ਉਹ ਹਥਿਆਰ ਨੂੰ ਸਾਈਡ 'ਤੇ ਰੱਖ ਕੇ ਜਾਂ ਉਹ ਹਥਿਆਰ ਵਰਤਿਆ ਨੇ ਜੇ ਵਰਤਿਆ ਤਾਂ ਦੂਜਿਆਂ ਨੂੰ ਸਪੋਰਟ ਕਰਨ ਲਈ ਵਰਤਿਆ ਅੱਜ ਇੱਕ ਮੈਂ ਸਾਹਮਣੇ ਪਲੇਟਫਾਰਮ 'ਤੇ ਬਹਿ ਕੇ ਸਾਰੇ ਭੈਣਾਂ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿੰਨੇ ਵੀ ਸਾਡੇ ਮਹਾਂਪੁਰਸ਼ ਹੋਏ ਹਨ ਜਿੰਨੇ ਵੀ ਸਾਡੇ ਪੁਰਾਤਨ ਗੁਰੂ ਹਨ ਜਿੰਨੇ ਵੀ 10 ਸਾਡੇ ਸਾਹਿਬਾਨ ਹੋਏ ਹਨ ਉਹਨਾਂ ਦਾ ਜੋ ਮੈਸੇਜ ਹੈ ਆਓ ਉਹਨੂੰ ਅਪਣਾਈਏ ਅਤੇ ਬਾਬਾ ਸਾਹਿਬ ਦਾ ਜੋ ਮੈਸੇਜ ਹੈ ਜੋ ਬਾਬਾ ਸਾਹਿਬ ਨੇ ਕਿਹਾ ਸੀ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਸੀ ਵੀ ਅਸੀਂ ਮੈਂ ਭੈਣ ਜੀ ਮਾਇਆਵਤੀ ਭੈਣ ਜੀ ਨੂੰ ਕਹਿ ਰਿਹਾ ਜਿਹੜੀ ਹੁਣੀ ਭੈਣ ਬੋਲ ਕੇ ਬਈ ਰਜਿੰਦਰ ਜੀ ਵੀ ਇਸ ਕਰਕੇ ਅਸੀਂ ਅੱਜ ਜੋ ਵੋਟ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਆਪਣੇ ਜਿਹੜੇ ਕਿ ਇਨਕਲਾਬ ਲਿਆਉਣਾ ਤਾਂ ਲਿਆ ਰਹੇ ਕਿਉਂਕਿ ਮੈਨੂੰ ਲੱਗਦਾ ਵੀ ਹਾਲੇ ਵੀ ਸਾਡਾ ਭਵਿੱਖ ਮੈਨੂੰ ਗੱਲ ਦਾ ਸਾਡਾ ਹਾਲੇ ਵੀ ਭਵਿੱਖ ਜਿਹੜਾ ਇੰਨਾ ਬ੍ਰਾਈਟ ਨਹੀਂ ਤੇ ਹਾਂਜੀ ਬਾਦਲ ਜੀ ਉੱਠੋ ਸਮਝੋ ਆਪਣਾ ਟਾਈਮ ਹੋ ਜਾਣਾ ਹਾਂਜੀ ਹਾਂਜੀ ਬਾਦਲ ਜੀ ਸੋਕ ਦਿਓ ਦੋ
ਮਿਲਣਾ ਪਹਿਲਾਂ ਜੀ, ਜੀ ਉਸ ਤੋਂ ਬਾਅਦ ਮੈਂ ਕਿਉਂ ਜਿਹੜੀ ਤੁਸੀਂ ਆਪਾਂ ਕਹਿੰਦੇ ਆ ਵੀ ਸਪੋਰਟ, ਹਾਂਜੀ ਕਰੋ ਜੀ, ਹਾਂਜੀ ਹੋਣ ਦਿਓ। ਭਾਈ ਭਾਈਆਂ ਦੇ ਦਰਦੀ ਹੋਂਦੇ ਤੇ ਭਾਈ ਭਾਈਆਂ ਦੀਆਂ ਬਾਵਾਂ, ਓਏ ਪਾਪ ਸਿਰਾਂ ਦੇ ਤਾਜ ਮੁਹੰਮਦਾ ਤੇ ਮਾਵਾਂ ਠੰਡੀਆਂ ਛਾਵਾਂ, ਬੇ ਮਾਵਾਂ ਠੰਡੀਆਂ ਛਾਵਾਂ। ਗੁਰੂ ਮਹਾਰਾਜ ਕਹਿੰਦੇ ਨੇ ਕਿ ਸਹਿਬ ਹੱਥ ਵਡਿਆਈਆਂ ਜਿਸ ਭਾਵੈ ਦੱਸਦੇ, ਮੇਰੇ ਸਹਿਬਾ ਤੇਰੇ ਹੱਥ ਵਡਿਆਈਆਂ, ਪੱਤ ਮੇਰੀ ਰੱਖ ਲੈ ਸਿਰ ਦੇ ਆਸਾਈਆਂ, ਮੇਰੇ ਸਹਿਬਾ ਤੇਰੇ ਹੱਥ ਵਡਿਆਈਆਂ, ਪੱਤ ਮੇਰੀ ਰੱਖ ਲੈ ਸਿਰ ਦੇ ਆਸਾਈਆਂ, ਤੇਰੀਆਂ ਲਿਖੀਆਂ ਦੱਸ ਮੋੜੇ ਕਿਹੜਾ, ਆਪੇ ਫੜ ਕੇ ਪਾਰ ਲਾ ਦੇ ਬੇੜਾ, ਤੇਰੀਆਂ ਲਿਖੀਆਂ ਦੱਸ ਮੋੜੇ ਕਿਹੜਾ, ਆਪੇ ਫੜ ਕੇ ਪਾਰ ਲਾ ਦੇ ਬੇੜਾ, ਮੇਰੇ ਸਾਹਿਬਾ ਤੇਰੇ ਹੱਥ ਵਡਿਆਈਆਂ, ਪੱਤ ਮੇਰੀ ਰਾਹ। ਸੁਣੀ ਅਰਦਾਸ ਗਰੀਬਨ ਮਾਣੇ ਦੀ, ਕੋਈ ਨੀ ਸੁਣਦਾ ਸਾਡੀ ਜੱਗੋਂ ਹੀਣੇ ਦੀ, ਸੁਣੀ ਅਰਦਾਸ ਗਰੀਬਨ ਮਾਣੇ ਦੀ, ਕੋਈ ਨੀ ਸੁਣਦਾ ਸਾਡੀ ਜੱਗੋਂ ਹੀਣੇ ਦੀ, ਮੇਰੇ ਸਹਿਬਾ ਤੇਰੇ ਹੱਥ ਵਡਿਆਈਆਂ, ਪੱਤ ਮੇਰੀ ਰੱਖ ਲੈ ਸਿਰ ਦੇ ਆਸਾਈਆਂ, ਮੇਰੇ ਸਹਿਬਾ ਤੇਰੇ ਹੱਥ ਵਡਿਆਈਆਂ, ਪੱਤ ਮੇਰੀ ਰੱਖ ਲੈ ਸਿਰ ਦੇ ਆਸਾਈਆਂ, ਉਹ ਪੱਤ ਮੇਰੀ ਰੱਖ ਲੈ ਸਿਰ ਦੇ ਆਸਾਈਆਂ। ਧੰਨਵਾਦ ਬਾਦਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਥੈਂਕ ਯੂ ਤੁਹਾਡਾ। ਤੇ ਅਸੀਂ ਜਿਸ ਤਰ੍ਹਾਂ ਕਿ ਚੌਹਾਨ ਜੀ ਲਾਸਟ ਇੱਕ ਮਿੰਟ ਆਪਾਂ ਕੋਲ ਹੈਗਾ, ਤੁਸੀਂ ਬਾਦਲ ਜੀ ਬਾਰੇ ਤੇ ਆਪਣੀ ਸੰਗਤ ਹੈ ਜਿਹੜੀ, ਹਾਂਜੀ ਅੱਜ ਦੇ ਅਸੀਂ ਇਸ ਮਾਹੌਲ ਨੂੰ ਦੇਖ ਕੇ ਇੱਕ ਮੈਂ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ ਜਾ ਕੀ ਹੋ ਰਿਹਾ ਹੈ, ਕਿਸਾਨ ਖੇਤ ਮੇਂ ਮਰਤਾ ਹੈ, ਕਿਉਂਕਿ ਇਲੈਕਸ਼ਨ ਆ ਰਹੇ ਹਨ, ਇੱਕ ਮੈਂ ਆਪਣੇ ਤੋਂ, ਕਿਸਾਨ ਖੇਤ ਮੇਂ ਮਰਤਾ ਹੈ, ਕਿਸਾਨ ਕਾ ਬੇਟਾ ਫੌਜ ਮੇਂ, ਜੀ ਨੇਤਾ ਦੇਸ਼ ਮੇਂ ਐਸ਼ ਕਰਤਾ ਹੈ, ਉਸਕਾ ਬੇਟਾ ਵਿਦੇਸ਼ ਮੇਂ। ਜੀ ਧੰਨਵਾਦ ਚੌਹਾਨ ਜੀ, ਤੇ ਸੋਰੀ ਟਾਈਮ ਹੋ ਚੁੱਕਾ ਹੈ, ਸਮਝ ਗਏ। ਤੇ ਦੇਵ ਚੌਂਕ ਜੀ ਦਾ ਜਿਹੜਾ ਆ ਉਹਨਾਂ ਦਾ ਫਿਊਨਰਿਆ 14 ਤਰੀਕ ਨੂੰ 9:15 ਜਿਹੜੀ ਬੋਡੀ ਉਹਨਾਂ ਦੇ ਘਰ ਆਉਣੀ ਆ, ਤੇ ਪੌਣੇ 11 ਇਹ ਸਤਿਗੁਰਦਾਸ ਭਵਨ ਜਿਹੜਾ ਆਪਣੇ ਆ ਉੱਥੇ ਆਉਣੀ ਆ, ਅਤੇ 12 ਕੈਮੀਟੋਰੀਆ ਜਿਹੜਾ ਆ ਹੰਸਲੋ ਉੱਥੇ ਆਉਣੀ ਆ, ਅਤੇ ਅਸੀਂ ਜਿਹੜੀਆਂ ਕੁੱਲਾਂ ਨਹੀਂ ਲੈ ਸਕੇ ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ, ਅਤੇ ਅੱਜ ਸਾਡਾ ਜਿਹੜਾ ਨੈੱਟ ਆ ਥੋੜ੍ਹਾ ਜਿਹਾ ਪ੍ਰੋਬਲਮ ਸੀ ਥੋੜ੍ਹੀ ਜਿਹੀ, ਅਤੇ ਅਸੀਂ ਉਸਦੀ ਵੀ ਮਾਫ਼ੀ ਚਾਹੁੰਦੇ ਹਾਂ, ਅਤੇ ਅਸੀਂ ਉਸਦੀ ਵੀ ਟਰਾਈ ਕਰਾਂਗੇ। ਅਤੇ ਅਸੀਂ ਬਾਦਲ ਜੀ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ, ਚੌਹਾਨ ਜੀ ਦਾ ਧੰਨਵਾਦ ਕਰਦੇ ਹਾਂ, ਅਤੇ ਰੱਬ ਰਾਖਾ ਜਿੰਦੇ ਰਹੇ ਤਾਂ ਫਿਰ ਮਿਲਾਂਗੇ ਅਗਲੇ ਹਫ਼ਤੇ ਇਸੇ ਤਰ੍ਹਾਂ 7-8, ਅਤੇ ਇੰਡੀਆ ਦੇ ਵਿੱਚ ਵੀ ਸਾਡਾ ਇਹ 5-6 ਜਿਹੜਾ ਚੱਲਦਾ ਹੈ ਚੈਨਲ। ਜੈ ਗੁਰਦੇਵ, ਜੈ ਭੀਮ, ਜੈ ਭਾਰਤ।